ਜੀਉ ਚੱਕਰ ਚਿਹਨ ਯਰ ਬਰਨ ਜਾ ਹਰ ਪਾਤ ਨਿਹਨ ਜਹਿ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋ ਜਿਕਹਿ ਜੈ ਕੋਟ ਇੰਦਰ ਇੰਦਰਾਂ ਕਾਹੇ ਸਾਹਣ ਗਿਣ ਜੈ ਤਿਰ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾ ਵਰਣਤ ਸਮਤ ਅਸ ਕਿਰਪਾਨ ਖੰਡੋ ਖੜਗ ਤਵਕ ਤਵਰੀ ਅਰਤੀ ਸਹਿਫ ਸਰੋਹੀ ਸਹਿਥੀ ਜਹੈ ਹਮਾਰੇ ਪੀ ਤੀਰਥ ਹੀ ਸਥੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੇਰੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ ਖੜਗ ਕੇਚ ਮੈਂ ਸਰਣ ਤਿਹਾਰੀ ਆਪ ਹਾਸ ਦੈ ਲਿਹੁ ਵਾਰੀ ਸਰਬ ਠੌਰ ਮੋਹੁ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਤਿਲਾਹ ਪੂਰਨ ਕਰੋ ਗ੍ਰੰਥੇ ਤੁਮ ਵੇ ਕਰੋ ਸਹਾਇ ਮੁਕੂ ਚਿਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ ਬ੍ਰਿਦ ਨਰਾਜ ਛੰਦ ਅਨਾਦ ਅਗਾਦ ਵਿਆਦ ਆਦ ਅਨਾਦ ਕੋ ਮਨਾਈਐ ਅਗੰਜ ਅਪੰਜ ਅਰੰਜ ਅਗੰਜ ਗੰਜ ਕੋ ਧਿਆਈਐ ਅਲੇਖ ਅਭੇਖ ਅਦਵੈਖ ਅਰੇਖ ਅਸੇਖ ਕੋ ਪਛਾਨੀਐ ਨਾ ਭੂਲ ਜੰਤਰ ਤੰਤਰ ਮੰਤਰ ਭਰਮ ਭੇਖ ਠਾਨੀਐ ਬ੍ਰਿਦ ਨਰਾਜ ਛੰਦ ਅਨਾਦ ਅਗਾਦ ਵਿਆਦ ਆਦ ਅਨਾਦ ਕੋ ਮਨਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਬੇਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਹੀ ਮਹਾਨ ਪਵਿੱਤਰ ਬਾਣੀ, ਜੋ ਗਿਆਨ ਸਰੂਪ ਦਾ ਗਿਆਨ ਕਰਨ ਵਾਲੀ ਹੈ, ਗਿਆਨ ਸਰੂਪ ਦਾ ਹੀ ਗਿਆਨ ਕਥਨ ਕਰਨ ਵਾਲੀ ਵੀ ਹੈ, ਉਹਦੀ ਆਪਾਂ ਲੜੀਵਾਰ ਰੂਪ ਵਿਚਾਰ ਕਰ ਰਹੇ ਹਾਂ। ਵਿਚਾਰ ਕਰਦਿਆਂ ਕਰਦਿਆਂ ਇਸ ਪਵਿੱਤਰ ਬਾਣੀ ਦੀਆਂ ਜਿਹੜੀਆਂ ਪੌੜੀਆਂ ਹੈ, ਕੱਲ ਦੇ ਦੀਵਾਨ ਵਿੱਚ ਇਸ ਕੋ ਤਿੰਨ ਹੋ ਗਈਆਂ ਸਨ, ਅੱਜ ਬਿਰਦ ਨਰਾਜ ਛੰਦ ਵਿੱਚ ਜੋ ਆਪ ਜੀ ਨੇ ਗਿਆਨ ਸਰੂਪ ਵਾਹਿਗੁਰੂ ਦਾ ਗਿਆਨ ਕਥਨ ਕੀਤਾ ਹੈ, ਐਸਾ ਹੈ ਵਾਹਿਗੁਰੂ ਉਹ ਜਿਵੇਂ ਵੀ ਆਪ ਜੀ ਨੇ ਛੰਦ ਵਿੱਚ ਕਿਹਾ ਹੈ, ਉਹ ਪਾਵਨ ਪਵਿੱਤਰ ਬਾਣੀ ਆ ਰਹੀ ਹੈ। ਉਸ ਪਵਿੱਤਰ ਬਾਣੀ ਦਾ ਜਿਹੜਾ ਪਾਠ ਹੈ ਗ੍ਰੰਥ ਸਾਹਿਬਾਨ ਦੀ ਰਚਨਾ ਰਾਹੀਂ ਆਪਾਂ ਸਰਵਣ ਕਰੀਏ, ਗੁਰੂ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖ ਕੇ ਇਹ ਪਵਿੱਤਰ ਬਾਣੀ ਦੀ ਵਿਚਾਰ ਬਖਸ਼ਣਗੇ, ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ ਲਾਹੇ ਵੀ ਲਵਾਂਗੇ ਜੀ। ਅਨਾਦ ਅਗਾਦ ਵਿਆਦ ਆਦ ਅਨਾਦ ਕੋ ਮਨਾਈਐ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਹਨ, ਇਹ ਖਾਲਸਾ ਜੀ ਉਹ ਜੋ ਅਨਾਦ ਆਦ ਤੋਂ ਰਹਿਤ ਹੈ, ਇਹ ਸਾਰਿਆਂ ਦਾ ਹੀ ਆਦੀ ਹੈ, ਸਾਰਿਆਂ ਦਾ ਮੁੱਢ ਹੈ, ਸਭ ਤੋਂ ਪਹਿਲਾਂ ਹੈ, ਤੇ ਫਿਰ ਅਬਾਦ ਹਾਸ ਤੋਂ ਰਹਿਤ ਹੈ,
ਮਹਾਨ ਡੂੰਘਾ ਵੀ ਹੈ, ਡੂੰਘਾਈ ਵਾਲਾ ਵੀ ਹੈ। ਤੇ ਫੇਰ ਜਿੰਨੇ ਆ ਤਰ੍ਹਾਂ ਤਰ੍ਹਾਂ ਦੇ ਅਭਿਆਸ ਨੇ, ਸਰੀਰਕ ਰੋਗ ਨੇ, ਇਹਨਾਂ ਦਾ ਵੀ ਆਦ ਹੈ, ਮੁੱਢ ਹੈ, ਇਹਨਾਂ ਦਾ ਵੀ ਕਾਰਨ ਹੈ। ਇੱਕ ਹੁੰਦੇ ਮਾਨਸਿਕ ਰੋਗ, ਇੱਕ ਸਰੀਰ ਰੋਗ ਹੁੰਦੇ ਨੇ, ਤੇ ਇੱਕ ਉੱਤੋਂ ਪਏ ਆਏ ਕਿ ਜਿਹੜੇ ਦੁੱਖ ਮਿਲਦੇ ਉਹ ਵੀ ਇੱਕ ਰੋਗ ਹੀ ਹੈ। ਐਕਸੀਡੈਂਟ ਵਗੈਰਾ ਹੋ ਜਾਣਾ, ਟੁੱਟ ਭੱਜ ਜਾਣਾ ਕੋਈ ਸਰੀਰ ਦਾ, ਇਹ ਵੀ ਰੋਗਾਂ ਦੇ ਵਿੱਚ ਵੀ ਆ ਜਾਂਦਾ, ਇਹਦੇ ਕਰਕੇ ਵੀ ਦੁੱਖ ਹੁੰਦਾ, ਰੋਗ ਕਰਕੇ ਦੁੱਖ ਹੁੰਦਾ ਹੈ। ਇਸ ਕਰਕੇ ਉਸ ਨੂੰ ਉਪਰੋਂ ਆਪੇ ਦੁੱਖ ਨੂੰ ਉਹਦਾ ਨਾਂ ਉਪਾਦ ਕਿਹਾ ਜਾਂਦਾ ਹੈ। ਜਿਵੇਂ ਅਗ੍ਰਹਿ ਗੁਰੂ ਜੇ ਹੈ, ਕਦੇ ਵੀ ਯਸ਼ਨ ਸ਼੍ਰੀ ਸਾੜ ਸਤੀ ਆ ਗਈ, ਉਪਰੋਂ ਆ ਗਿਆ ਨਾ, ਰਾਹੂ ਕੇਤੂ ਹੈ, ਇਹਦਾ ਜੀ ਬਲ ਪੈ ਗਿਆ ਹੈ। ਇਸ ਤਰ੍ਹਾਂ ਤਿੰਨ ਤਰ੍ਹਾਂ ਦੇ ਜਿਹੜੇ ਤਾਪ, ਤਿੰਨ ਤਰ੍ਹਾਂ ਦੇ ਦੁੱਖ ਦੇਣ ਵਾਲੇ ਰੋਗ ਹੈ। ਇਹਨਾਂ ਸਾਰਿਆਂ ਰੋਗਾਂ ਦਾ ਜਿਹੜਾ ਕਾਰਨ ਹੈ, ਕਿਉਂਕਿ ਇਹਨਾਂ ਦੇ ਜਿਹੜੇ ਸਬੱਬ ਜੇ ਹੈ, ਇਹਨਾਂ ਨੂੰ ਬਣਾਉਣ ਵਾਲਾ ਤਾਂ ਉਹੀ ਹੈ ਨਾ। ਐਵੇਂ ਤਾਂ ਕੋਈ ਜਿਹੜਾ ਰੋਗ ਹੈ ਕਿਸੇ ਨੂੰ ਲੱਗ ਕੇ ਤੰਗ ਨਹੀਂ ਕਰ ਸਕਦਾ ਹੈ। ਤੇ ਮਨੁੱਖ ਨੇ ਕੀਤਾ ਹੁੰਦਾ ਕਰਮ, ਫਿਰ ਉਹਦਾ ਜਿਹੜਾ ਕੋਈ ਕਾਰਨ ਹੈ ਬਣਾਉਣਾ, ਉਹ ਹੈ ਕਿਸੇ ਪਦਾਰਥ ਦੀ ਗਲਤ ਇਸਤੇਮਾਲ ਅਸੀਂ ਕਰ ਲੈਣਾ, ਵੀ ਉਹ ਕਿੰਨਾ ਕਾਰਨਾਂ ਕਰਕੇ ਰੋਗ ਪੈਦਾ ਹੁੰਦੇ ਹੈ, ਉਹ ਵੀ ਇੱਕ ਬਹੁਤ ਵੱਡਾ ਗ੍ਰੰਥ ਹੈ। ਉਹਦਾ ਨਾਮ ਹੈ ਭਾਵ ਪ੍ਰਕਾਸ਼, ਵੀ ਕਿਹੜੇ ਕਿਹੜੇ ਰੋਗ ਕਿਹੜੇ ਕਿਹੜੇ ਖਾਣਿਆਂ ਤੋਂ ਪੈਦਾ ਹੁੰਦੇ ਨੇ, ਵੀ ਇਹ ਆ ਕਾਰਨ ਹੈ। ਉਹ ਕਈ ਜਿਹੜੇ ਲੋਕ ਹੈ, ਨਬਜੀ ਦੇ ਕੇ ਤੇ ਰੋਗ ਦੱਸੀ ਜਾਂਦੇ ਹੁੰਦੇ ਆ, ਫਿਰ ਨਾਲ ਉਹ ਕਹਿੰਦੇ ਵੀ ਤੂੰ ਆਹ ਜ਼ਿਆਦਾ ਖਾਂਦਾ ਰਿਹਾ ਹੋਵੇਗਾ, ਕਿਉਂਕਿ ਉਹ ਰਾਤਰਾਂ ਦੇ ਜਿਹੜੇ ਪਦਾਰਥ ਹੈ ਉਹ ਜ਼ਿਆਦਾ ਖਾਣ ਕਰਕੇ ਉਹ ਕਾਰਨ ਬਣ ਗਿਆ ਰੋਗ। ਫਿਰ ਉਹ ਪਾਪ ਪ੍ਰਕਾਸ਼ ਜਦੋਂ ਪੜਿਆ ਹੁੰਦਾ, ਉਹਨੂੰ ਪਤਾ ਹੁੰਦਾ ਵੀ ਆਹ ਜ਼ਿਆਦਾ ਵਰਤੋਂ ਕਰਕੇ ਇਹ ਕਾਰਨ ਬਣਦਾ ਤੇ ਆਹ ਰੋਗ ਲੱਗਦਾ ਹੈ। ਜਿਨ੍ਹਾਂ ਨੇ ਚੰਗੀ ਤਰ੍ਹਾਂ ਕਾਰਨਾਂ ਨੂੰ ਪਛਾਣ ਕੀਤਾ ਹੁੰਦਾ, ਕੰਠ ਕੀਤਾ ਹੁੰਦਾ, ਉਹ ਨਬਜੀ ਚੱਲਦੀ ਦੇਖ ਕੇ ਉਹ ਰੋਗ ਦਾ ਕਾਰਨ ਪਛਾਣ ਲੈਂਦੇ, ਰੋਗ ਦਾ ਕਾਰਨ ਫਿਰ ਜਿੱਥੋਂ ਬਣਿਆ ਉਹ ਵੀ ਦੱਸ ਦਿੰਦੇ ਨਾਲ ਹੀ। ਜੇ ਹੁੰਦਾ ਹੈ ਸਰੂਪ ਦੇ ਵਿੱਚ ਕਾਰਨ ਹੈ, ਕਿਰਿਆ ਜਦੋਂ ਕੋਈ ਅਸੀਂ ਕਰਦੇ ਹਾਂ ਉਹ ਕਾਰਨ ਬਣ ਜਾਂਦੀ ਹੈ, ਸਬੱਬ ਬਣ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਕਿਰਿਆ ਕਰਕੇ ਕਰਮ ਬਣਦਾ ਹੈ, ਤੇ ਕਰਮ ਕਰਕੇ ਫਿਰ ਰੋਗਾਂ ਦਾ ਕਾਰਨ ਬਣਦਾ, ਦੁੱਖ ਦਾ ਰੋਗ ਕਾਰਨ ਬਣਦਾ ਹੈ,
ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਵਿਆਹ ਦਾ ਆ ਰਿਹਾ ਜਿੰਨਾ ਕਰਕੇ ਰੋਗ ਲੱਗਦੇ ਨੇ, ਜਿੰਨਾ ਕਰਕੇ ਰੋਗ ਤੰਗ ਕਰਦੇ ਨੇ, ਉਹ ਜਿਹੜਾ ਇਹ ਸਾਰੇ ਰੋਗਾਂ ਦਾ ਕਾਰਨ ਹੈ, ਸਬੱਬ ਹੈ, ਉਹ ਹੈ ਅਨਾਦੀ ਸਰੂਪ ਵਾਹਿਗੁਰੂ। ਕਹਿੰਦੇ ਉਹਨੂੰ ਮਨਾਉਣਾ ਚਾਹੀਦਾ ਹੈ, ਉਹਨੂੰ ਮੰਨਣਾ ਚਾਹੀਦਾ, ਉਹਨੂੰ ਪੂਜਣਾ ਚਾਹੀਦਾ ਹੈ, ਫਿਰ ਰੋਗ ਦਾ ਕਾਰਨ ਬਣਦਾ ਹੀ ਨਹੀਂ ਹੈ, ਕਿਉਂਕਿ ਉਹਨੇ ਬਣਾਉਣਾ ਹੈ। ਉਹਨੇ ਕਿਵੇਂ ਕਹਿਣਾ ਵੀ ਤੂੰ ਆਹ ਕੁਛ ਕਰਿਆ ਸੀ ਗਲਤ ਮੈਂ ਤੇ ਤੇਰਾ ਕਰਮ ਹੋ ਗਿਆ, ਇਸ ਕਰਕੇ ਵੀ ਤੂੰ ਇਹ ਕੀਤਾ ਸੀ ਇਹਦਾ ਭੋਗ। ਜੇ ਹੁਣ ਉਹ ਵਾਹਿਗੁਰੂ ਨੂੰ ਮਨਾ ਪੂਜ ਲਈਏ ਤੇ ਫਿਰ ਉਹ ਜਿਹੜਾ ਰੋਗ ਦਾ ਕਾਰਨ ਜਾਂ ਹੋਣਾ ਸਬੱਬ ਜਾਂ ਬਣਨਾ ਹੁੰਦਾ ਉਹ ਨਹੀਂ ਬਣ ਦਿੰਦਾ, ਕਿਉਂਕਿ ਜਿਸ ਕਰਕੇ ਉਹ ਦੁੱਖ ਮੰਨਣਾ ਹੈ ਜਦੋਂ ਉਹਨੂੰ ਮਨਾ ਲਿਆ ਉਹ ਕੋਈ ਇਹੋ ਜਿਹਾ ਕਾਰਨ ਬਣਾ ਦੂ, ਸੁਪਨੇ ਵਿੱਚ ਹੀ ਭੁਗਤਾ ਦੂਗਾ, ਖਤਮ ਹੋ ਗਿਆ ਨਾ, ਨਾਲੇ ਜਾਣੀ ਭੋਗਿਆ ਵੀ ਗਿਆ ਜਿਹੜਾ ਉਹਨੇ ਕਰਮ ਅਨੁਸਾਰ ਲਿਖਿਆ ਸੀ ਰੋਗ ਦਾ ਕਾਰਨ, ਨਾਲੇ ਕਿਹੜਾ ਵੀ ਛੁੱਟ ਗਿਆ। ਕਈ ਕਹਿੰਦੇ ਵੀ ਸਾਨੂੰ ਆਹ ਰਾਤ ਨੂੰ ਸੁਪਨੇ ਇਹੋ ਜਿਹੇ ਆਏ, ਬੜੇ ਸੀ ਤਿੰਨ ਸੁਖਮਣੀ ਦੇ ਪਾਠ, ਸੁਪਨੇ ਬਹੁਤ ਮਾੜੇ ਆਏ। ਉਹ ਬਸ ਉਹੀ ਹੈ ਕਾਰਨ ਵੀ ਆ, ਜਿਹੜੇ ਤੈਨੂੰ ਰੋਗ ਆਉਣੇ ਸੀ ਇਹ ਸੁਖਮਣੀ ਦੇ ਪਾਠ ਦੀ ਕਿਰਪਾ ਹੋ ਗਈ ਹੈ, ਸੁਪਨੇ ਚ ਖਤਮ ਕਰਤੇ ਤੇਰੇ। ਜਿਹੜਾ ਸਿਆਣਾ ਉਹਦਾ ਖੁਸ਼ ਹੁੰਦਾ ਵੀ ਆਹ ਜਿਹੜਾ ਹੋਇਆ ਨਾ ਚੰਗਾ ਖੜਾ ਛੱਟਿਆ ਨੀ, ਲੰਮੇ ਪੈਣਾ ਸੀ ਡਾਕਟਰ ਨੂੰ ਪਤਾ ਨੀ ਕਿੰਨੇ ਦੇਣੇ ਪੈਣੇ ਸੀ, ਵੀ ਇਹ ਸੁਖਮਣੀ ਦੀ ਕਿਰਪਾ ਹੋ ਗਈ ਹੈ। ਉਹ ਕਿਰਪਾ ਦਾ ਉਹਨੇ ਕਾਰਨ ਸੁਖਮਣੀ ਬਣਾ ਲਿਆ, ਨਹੀਂ ਉਹਨੇ ਕਰਮ ਬਣਾਉਣਾ ਸੀ, ਉਹ ਤਾਂ ਉਹਦੇ ਹੱਥ ਦੋਰ ਹੈ ਨਾ, ਉਹਦੇ ਹੱਥ ਵਸ ਹੈ, ਉਹ ਜੋ ਮਰਜ਼ੀ ਕਰ ਕਰਾ ਸਕਦਾ ਪਰਮੇਸ਼ਰ, ਉਹ ਦੋਵੇਂ ਕੁਛ ਕਰ ਲੈਂਦਾ। ਜਿੱਦਾਂ ਹੁਣ ਇੱਧਰ ਲੱਗ ਗਿਆ ਫਿਰ ਤਾਂ ਉਹ ਜਿਹਾ ਕਰ ਦੂਗਾ ਵੀ ਚਲੋ ਤੂੰ ਕਰਿਆ ਫਿਰ ਉਹ ਐਂ ਕਰ ਦੂ, ਜੇ ਨਹੀਂ ਕਰਦਾ ਫਿਰ ਕਹੂਗਾ ਤੇਰਾ ਕਰਮ ਸੀ ਇਹ ਕਰਮ ਦਾ ਕਾਰਨ ਬਣਿਆ ਰੋਗ ਲੱਗਣ ਦਾ ਭੋਗ। ਇਸ ਤਰ੍ਹਾਂ ਇਹ ਕਹਿੰਦੇ ਜਿਹੜਾ ਇਹ ਸਾਰੇ ਰੋਗਾਂ ਦਾ ਕਾਰਨ ਹੈ ਨਾ, ਉਹ ਹੈ ਬਣਾਉਣ ਸਬੱਬ ਬਣਾਉਣ ਵਾਲਾ ਤਾਂ ਪਰਮੇਸ਼ਰ ਹੀ ਹੈ। ਕਹਿੰਦੇ ਉਹ ਅਨਾਦੀ ਸਰੂਪ ਨੂੰ ਮੰਨਣਾ ਪੂਜਣਾ ਚਾਹੀਦਾ ਭਾਈ, ਫਿਰ ਸੁਖੀ ਰਹੀਦਾ ਹੈ। ਅਕੰਜ ਅਭੰਜ ਰੰਜ ਅਗੰਜ ਗੰਜ ਕੋ ਧਿਆਈ ਹੈ, ਫਿਰ ਉਹ ਅਗੰਜ ਹੈ ਨਾਸ਼ ਤੋਂ ਰਹੇ, ਅਪੰਜ ਉਹ ਟੁੱਟਣੇ ਤੋਂ ਰਹੇ, ਫਿਰ ਉਹ ਰੰਜ ਗੁੱਸੇ ਤੋਂ ਰਹੇ, ਫਿਰ ਐਸਾ ਵੀ ਅਗੰਜ ਗੰਜ ਜਿਹੜੇ ਨਹੀਂ ਗੰਜ ਹੁੰਦੇ ਜਿਹੜੇ ਨਹੀਂ ਨਾਸ ਹੁੰਦੇ ਉਹਨਾਂ ਨੂੰ ਵੀ ਨਾਸ ਕਰ ਦਿੰਦਾ। ਹਾਂ ਨਾ ਨਾਸ ਹੋਣ ਵਾਲਿਆਂ ਨੂੰ ਜਿਹੜਾ ਨਾਸ ਕਰ ਦਿੰਦਾ
ਉਹਨੂੰ ਮਾਰਾ ਕਹਿੰਦੇ ਧਿਆਉਣਾ ਚਾਹੀਦਾ, ਉਹਦਾ ਧਿਆਨ ਕਰਨਾ ਚਾਹੀਦਾ ਹੈ। ਜਾਂ ਅਗੰਜ ਗੰਜ ਕੋ ਚਾਹੀਏ, ਜਿਹੜਾ ਗਿਣਤੀਆਂ ਤੋਂ ਅਗਿਣਤ ਹੈ, ਗਜਨੋ ਗਿਣਤੀ ਦਾ ਹੁੰਦਾ ਹੈ, ਅਗੰਜਨੋ ਗਿਣਤੀ ਤੋਂ ਰਹਿਦਾ ਹੁੰਦਾ। ਜਿਹੜਾ ਗਿਣਤੀਆਂ ਤੋਂ ਅਗਿਣਤ ਵਾਹਿਗੁਰੂ ਹੈ, ਉਹਨੂੰ ਧਿਆਉਣਾ ਚਾਹੀਦਾ, ਉਹਦਾ ਧਿਆਨ ਕਰਨਾ ਚਾਹੀਦਾ ਹੈ। ਲੇਖ ਅਭੇਖ ਅਦਵੈਖ ਅਰੇਖ ਅਸੇਖ ਕੋ ਪਛਾਣੀਐ। ਜਿਹੜਾ ਲੇਖਿਆਂ ਤੋਂ ਰਹਿਤ, ਭੇਖਾਂ ਤੋਂ ਰਹਿਤ, ਦਵੈਸ਼ ਤੋਂ ਰਹਿਤ, ਰੇਖਾਂ ਤੋਂ ਰਹਿਤ, ਤੇ ਫਿਰ ਅਸੇਖ ਹੈ, ਅਖੀਰ ਤੇ ਸਾਰਿਆਂ ਤੋਂ ਬਾਕੀ ਹੈਗਾ। ਅਸੇਕ ਸਾਰੇ ਪਰਿਪੂਰਨ ਹੈ, ਉਹਨੂੰ ਪਛਾਣਨਾ ਚਾਹੀਦਾ ਮਹਾਨ। ਨਾ ਭੂਲ ਜੰਤਰ ਤੰਤਰ ਮੰਤਰ ਭਰਮ ਭੇਖ ਠਾਨੀ ਹੈ। ਜਿਹੜੇ ਆ ਸ਼ਿਵ ਜੀ ਦੇ ਜੰਤਰ ਮੰਤਰ ਜੇ ਲਿਖੇ ਹੈ ਤੇ ਤੰਤਰ ਲਿਖੇ ਹੈ, ਇਹਨਾਂ ਨੂੰ ਤਾਂ ਕਹਿੰਦੇ ਭੁਰਮ ਭੁੱਲ ਕੇ ਵੀ ਨਹੀਂ ਮੰਨਣਾ ਚਾਹੀਦਾ ਹੈ। ਹਾਂ, ਭੁੱਲ ਕੇ ਵੀ ਇਹਨਾਂ ਦੇ ਵਿੱਚ ਭਰਮ ਨਹੀਂ ਕਰਨਾ ਚਾਹੀਦਾ। ਵੀ ਚਾਰ ਕੁੰਗਲਾਂ ਦਾ ਕਾਗਜ਼ ਆ, ਭਲਾ ਕੀ ਕਰੂ, ਉਹਦੇ ਕਾਦੂ ਕਾਜਾ ਲਿਖਤਾ। ਹਰੇ ਜਦੋਂ ਕੋਈ ਕਿਸੇ ਨੂੰ ਕਹਿ ਦੇਣਾ ਵੀ ਇਹ ਤੈਨੂੰ ਦੀਵਾਲੀ ਦਾ ਡੋਂਗ ਬਣਾ ਕੇ, ਉਹ ਵੀ ਪੱਕਾ ਹੋਊ, ਉਹ ਵੀ ਧਾਗਾ ਜਿੱਥੇ ਮਰਜ਼ੀ ਫਿਰੀ, ਉਹ ਨਹੀਂ ਉਹ ਨਾਸ ਹੋਊਗਾ। ਆ ਲੋਟੂ ਇੱਕ ਹੈਗਾ ਜੱਥਾ, ਇਹ ਬੜੇ ਰੁਪਈਏ ਲੈਂਦੇ ਇਹਨਾਂ ਦੇ ਦਵਾਈ ਦੇ, ਜਿਹੜੇ ਪੱਕੇ ਤਵੀਰ ਬਣਾ ਕੇ ਦਿੰਦੇ ਆ, 50 ਲੈ ਲਓ, 100 ਲੈ ਲਓ, 1100 ਲੈ ਲਓ, ਜਿੱਥੇ ਕਿਸੇ ਦਾ ਲਾ ਲੱਗਦਾ ਉੱਥੇ ਲਾ ਦਿੰਦੇ ਆ। ਜਿਵੇਂ ਕੋਈ ਕਹੂਗਾ ਵੀ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਇਹਦੇ ਕੋਲ ਰੁਪਈਏ ਹੈਗੇ ਆ, ਇੱਕ ਤਾਂ ਕੱਪੜਿਆਂ ਤੋਂ ਪਤਾ ਲੱਗ ਜਾਂਦਾ, ਦੂਜਾ ਆਇਆ ਉਹ ਕਾਹਦੇ ਤੇ। ਇੱਥੇ ਮੋਗੇ ਇੱਕ ਪੰਡਿਤ ਸੀਗਾ, ਉਹ ਮਾਤਰਾ ਨਾਲ ਖੁੱਲ ਜਾਂਦਾ ਸੀ, ਲਕਸ਼ਮੀ ਨੇ ਰਹਿਣਾ ਸੀ ਉਹਦਾ ਨਾਂ। ਭਾਈ ਜੀ ਤੁਹਾਨੂੰ ਕਿਵੇਂ ਪਤਾ ਚੱਲ ਜਾਂਦਾ? ਪਤਾ ਲਾਉਣ ਦੇ 20 ਤਰੀਕੇ ਹੈ। ਅਸੀਂ ਕਹਾਂਗੇ ਲੈ ਵੀ ਇਹ ਤੂੰ ਆ ਜਿਹੜਾ ਜੰਤਰ ਤੈਨੂੰ ਮੈਂ ਦਿੰਦਾ ਨਾ, ਇਹ ਤੂੰ ਵਿਹੜੇ ਵਿੱਚ ਟੋਆ ਪੁੱਟ ਕੇ ਨਾ ਹੋਊਗਾ ਜੀ, ਵਿਹੜੇ ਚ ਤਾਂ ਫਰਸ਼ ਲੱਗੀ ਹੈ, ਉਹਨੇ ਪਤਾ ਚੱਲ ਗਈ ਫਿਰ ਪਈਆਂ ਬਿਨਾਂ ਫਸ ਕਿੱਥੇ ਲੱਗਦੀ ਹੈ, ਕੱਚਾ ਤੈਨੂੰ ਕੁਛ ਕੁਛ ਨੀ। ਜੇ ਹੁਣ ਘਰ ਪੱਕਾ ਵਿਹੜਾ ਪਤਾ ਲੱਗ ਗਿਆ ਵੀ ਪਈ ਹੈਗੇ, ਫਿਰ ਅਸੀਂ ਕਹਾਂਗੇ ਚੱਲ ਕੋਈ ਨਾ, ਜੇ ਵਿਹੜੇ ਚ ਲੱਗੀ ਹੈ ਨਾ ਜਿੱਥੇ ਤੇ ਪਸ਼ੂ ਡੰਗਰ ਬੰਨੇ, ਉਹ ਕਹਿੰਦਾ ਉੱਥੇ ਵੀ ਲਾਈ ਹੈ ਫਸ, ਫਿਰ ਤਾਂ ਪੱਕਾ ਹੀ ਹੋ ਗਿਆ ਕਹਿੰਦਾ। ਬਸ ਕਹਿੰਦੇ ਬਸ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਫਿਰ ਉਹ ਕਹਿੰਦੇ ਵੀ ਤੂੰ ਚਲੋ ਜਿੱਥੇ ਤੇਰਾ ਉਹ ਮਕਾਨ ਕੋਈ ਘਰ ਵਾਲਾ ਹੋਇਆ ਉਹਦੇ ਵਿੱਚ ਇੱਟ ਜੀ ਕੱਢ ਕੇ ਨਾ ਤੇ ਉੱਥੇ ਨਾ, ਉਹ ਕਹਿੰਦੇ ਜੀ ਉੱਥੇ ਪਲਾਸਟਰ ਕੀਤਾ
ਰੰਗ ਰੋਗ ਨੇ ਕੀਤਾ, ਉਹ ਕਹਿੰਦੇ ਵੀ ਕੋਠੀ ਹੈ। ਫਿਰ ਬਾਹਰਲੇ ਘਰੇ ਤੁਰਾ ਸੀ, ਕਹਿੰਦੇ ਬਾਹਰਲਾ ਜੀ ਆਈ ਹੈ। ਮੈਂ ਕਹਿੰਦੇ ਬਸ ਇਹ ਕਾਰਨ ਹੈ ਪਤਾ ਲਾਉਣ ਦੇ, ਜਦੋਂ ਇੱਥੋਂ ਪਤਾ ਲੱਗ ਗਿਆ ਵੀ ਇਹ ਤਕੜਾ ਹੀ ਹੈ, ਫਿਰ ਬਾਹਰ ਵੀ ਦੇਖ ਲੈਣਾ ਵੀ ਇਹ ਗੱਡੀ ਗੱਡੀ ਕਿਹੜੇ ਤੇ ਹੈ, ਸਾਈਕਲ ਤੇ ਹੈ ਕਿ ਤੁਰ ਕੇ ਹੈ ਕਿ ਬੱਸ ਤੇ ਹੈ। ਇਹ ਕਾਰਨ ਹੈ ਬਸ, ਕਹਿੰਦੇ ਇੱਥੋਂ ਦੇਖ ਦੂ ਕੇ ਫਿਰ ਅਸੀਂ ਕਹਿੰਦੇ ਉਹੇ ਜਾਂ ਫਿਰ ਟੈਕਸ ਲਾ ਦਿੰਦੇ ਹਾਂ। ਤੁਸੀਂ ਹੁਣ ਗੁਰਦੁਆਰੇ ਵਾਲੇ ਭਾਈ ਜੀ ਸਾਨੂੰ ਕੱਪੜਿਆਂ ਤੋਂ ਦੇਖ ਲਿਆ, ਇਹ ਤਾਂ ਮੰਗ ਕੇ ਖਾਣ ਵਾਲੇ ਹੈ। ਅਸੀਂ ਪਹਿਲਾਂ ਕਹਿੰਦੇ ਮਹਾਰਾਜ ਸਾਧੂਆਂ ਤੋਂ ਕੀ ਲੈਣਾ, ਸਾਨੂੰ ਲਈ ਵੀ ਤੁਸੀਂ ਨਹੀਂ ਬੈਠੇ। ਤੁਸੀਂ ਦਿਲਾ ਕੁਛ ਨਹੀਂ, ਅਸੀਂ ਪਹਿਲਾਂ ਹੀ ਕਹਿ ਦਿੰਦੇ ਵੀ ਅਸੀਂ ਨਹੀਂ ਲੈਣਾ ਥੋਤੋਂ। ਉਧਰੋਂ ਅਸੀਂ ਆ ਕੁਛ ਪੜਤਾਲ ਕਰਕੇ ਲੈ ਲੈਂਦੇ ਹਾਂ ਵੀ ਇਹ ਜਿਹੜੇ ਜੰਤਰ ਮੰਤਰ ਤਵੀਤਾ ਕੇ ਕਰਨ ਵਾਲੇ ਬੜੇ ਚੁਸਤ ਹੁੰਦੇ, ਸਾਰਾ ਕੁਛ ਪਤਾ ਲਾ ਲੈਂਦੇ। ਇਸ ਨੂੰ ਫੇਰ ਉਹ ਲਾਉਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਜੰਤਰ ਮੰਤਰ ਆ ਤੰਤਰ ਟੂਣੇ ਤਾਕੇ ਆ, ਇਹਨਾਂ ਦਾ ਭਰਮ ਜਾ ਕਰਕੇ ਇਹਨਾਂ ਨੂੰ ਭੁੱਲ ਕੇ ਨਹੀਂ ਮੰਨਣਾ ਚਾਹੀਦਾ ਹੈ। ਇੱਕ ਤਾਂ ਹੁੰਦਾ ਨਾ ਵੀ ਚਲੋ ਮੰਨ ਲਓ ਕੀ ਹੈ, ਕਹਿੰਦੇ ਬਿਲਕੁਲ ਭੁੱਲ ਕੇ, ਇਹ ਤਾਂ ਭੁੱਲ ਕੇ ਵੀ ਨਾ ਤੂੰ ਗੱਲ ਕਰੀ। ਅਸੀਂ ਕਹਿੰਦੇ ਹੁੰਦੇ ਨਾ ਵੀ ਜਾਣ ਬੁੱਝ ਤਾਂ ਕੀ ਕਰੂੰ, ਭੁੱਲ ਕੇ ਕਿ ਨਾ ਕਿਤੇ ਭੁੱਲਿਆ ਭੁਲਾਇਆ ਨਾ ਗੱਲ ਕਹਿ ਦੀ। ਇਹ ਗੁਰੂ ਕਲਗੀਧਰ ਜੀ ਪਾਤਸ਼ਾਹ ਜੀ ਕਹਿੰਦੇ ਵੀ ਜੇ ਖਾਲਸਾ ਜੀ ਇਹਨਾਂ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਕੁਝ ਨਹੀਂ ਪਿਆ ਹੈ, ਜੰਤਰ ਮੰਤਰ ਤੰਤਰ ਇਨ ਮੈਂ ਕਿਛ ਹੋਈ, ਘਰ ਘਰ ਭੀਕ ਨਾ ਮੰਗਾ ਕੋਈ। ਵਿਕਰਾ ਕਰਾਂ ਫਿਰ ਵਿਕਿਆ ਕੌਣ ਮੰਗਣ ਉਹ ਜੇ ਇਹਨਾਂ ਚ ਪਿਆ ਹੋਵੇ, ਉਹ ਆਪਦੇ ਇਹੋ ਜਿਹਾ ਕਰ ਲੈਣ, ਮੱਲੋ ਮਾਲ ਹੋ ਜਾ, ਤੁਹਾਨੂੰ ਉਹ ਇਹੋ ਜਿਹਾ ਪਖੰਡ ਜਿਹਾ ਕਰਕੇ ਝੂਠ ਫੂਠ ਮਾਨ ਬੋਲ ਕੇ ਧਾਤੋ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾ ਭੂਲ ਜੰਤਰ ਮੰਤਰ, ਨਾ ਭੂਲ ਜੰਤਰ ਤੰਤਰ ਮੰਤਰ ਠਾਨੀ ਹੈ, ਇਹ ਭੁੱਲ ਕੇ ਵੀ ਜੰਤਰ ਮੰਤਰ ਨਹੀਂ ਕਰਨਾ ਚਾਹੀਦਾ, ਨਾ ਤੰਤਰ ਕਰਨਾ ਕਰਾਉਣਾ ਚਾਹੀਦਾ, ਨਾ ਕੋਈ ਭਰਮ ਕਰਨਾ ਚਾਹੀਦਾ, ਨਾ ਕੋਈ ਭੇਖ ਧਾਰਨਾ ਚਾਹੀਦਾ। ਪਖੰਡ ਦਾ ਦਿਖਾਵੇ ਦਾ ਜਿਹੜਾ ਭੇਖ ਉਹ ਨਹੀਂ ਕਰਨਾ ਚਾਹੀਦਾ ਭੁੱਲ ਕੇ, ਕਿਉਂਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਅੰਤਕਾਲ ਕਾਟੀ ਕਟੋ ਵਾਸ ਨਰਕ ਮੋਲੀਨ। ਆਪਾਂ ਜੂਗਾ ਭੇਖ ਧਾਰ ਕੇ ਵੀ ਨਰਕਾਂ ਵਿੱਚ ਜਾ ਕੇ ਕਾਲ ਦੀ ਛੁਰੀ ਨਾਲ ਕੱਟਿਆ ਜਾਊ ਭੇਖ ਬਣਾਉਣ ਵਾਲਾ ਪਖੰਡ ਕਰਨ ਵਾਲਾ। ਇਸ ਕਰਕੇ ਮਹਾਰਾਜ ਕਹਿੰਦੇ ਭੁੱਲ ਕੇ ਨਾ ਕੋਈ ਭੇਖ ਕਰਨਾ ਚਾਹੀਦਾ ਹੈ, ਨਾ ਕੋਈ ਭਰਮ ਕਰਨਾ ਚਾਹੀਦਾ, ਨਾ ਜੰਤਰ ਨਾ ਮੰਤਰ ਨਾ ਤੰਤਰ ਕਰਨਾ ਚਾਹੀਦਾ ਹੈ। ਕਿਰਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀ ਹੈ। ਹਾਂ ਜਿਹੜਾ ਕਿਰਪਾ ਦਾ ਕਰ ਕਿਰਪਾਲੂ ਵਾਹਿਗੁਰੂ ਹੈ, ਫਿਰ ਲਾਲ ਪਿਆਰਾ ਹੈ, ਕਾਲ ਤੋਂ ਰਹਿਤ ਹੈ, ਤੇ ਅਪਾਲ ਹੈ ਪਾਲਣਾ ਤੋਂ ਰਹਿਤ ਹੈ। ਆਪ ਨੀ ਕਿਸੇ ਨੇ ਪਾਲਿਆ ਪੋਸਿਆ, ਫਿਰ ਦਇਆ ਦਾ ਕਰ ਹੈ ਉਹਦਾ ਸਿਮਰਨ
ਉਹਦਾ ਜਸ ਉਹਦੀ ਸਿਰ ਸਲਾਘਾ ਉਚਾਰਨ ਕਰਦੇ ਰਹਿਣਾ ਚਾਹੀਦਾ ਹੈ। ਧਰਮ ਕਰਮ ਧਰਮ ਭਰਮ ਕਰਮ ਮੈਂ ਵਿਚਾਰੀਐ। ਜਿਹੜੇ ਅਧਰਮ ਰੂਪ ਕਰਮ ਹੈ ਇਸੇ ਤਰ੍ਹਾਂ ਭਰਮ ਰੂਪ ਜਿਹੜੇ ਧਰਮ ਹਨ ਭਰਮ ਵਿੱਚ ਪਾਉਣ ਵਾਲੇ ਧਰਮ ਹਨ ਧਰਮ ਰੂਪ ਕਰਮ ਤੇ ਭਰਮ ਰੂਪ ਜਿਹੜੇ ਧਰਮ ਹਨ ਤੇ ਬਾਕੀ ਹੈ ਨਿਸ਼ਕਾਮ ਕਰਮ ਇਹਨਾਂ ਸਾਰਿਆਂ ਦੇ ਵਿੱਚ ਉਹੀ ਬੈਠਾ ਵਿਚਾਰਨਾ ਚਾਹੀਦਾ ਹੈ। ਅਨੰਤ ਦਾਨ ਗਿਆਨ ਧਿਆਨ ਅਨੰਤ ਦਾਨ ਧਿਆਨ ਗਿਆਨ ਧਿਆਨਵਾਨ ਪੇਖੀਐ। ਹਾਂ ਇਸੇ ਤਰ੍ਹਾਂ ਅਨੰਤੀ ਜਿਹੜੇ ਕੋਈ ਦਾਨ ਕਰਨ ਵਾਲੇ ਧਿਆਨੀ ਹਨ ਉਹਨਾਂ ਵਿੱਚ ਵੀ ਉਹਨੂੰ ਤੱਕਣਾ ਕਰੀਏ। ਅਨੰਤ ਧਿਆਨ ਜਿਹੜਾ ਉਹਦਾ ਧਿਆਨ ਕਰਨ ਵਾਲੇ ਧਿਆਨੀ ਹਨ ਉਹਨਾਂ ਵਿੱਚ ਵੀ ਉਸੇ ਨੂੰ ਪੇਖੀਏ। ਅਨੇਕਾਂ ਅਨੰਤ ਜਿਹੜੇ ਗਿਆਨਵਾਨ ਲੋਕ ਗਿਆਨੀ ਹਨ ਉਹਨਾਂ ਗਿਆਨੀਆਂ ਵਿੱਚ ਵੀ ਉਸ ਨੂੰ ਵੇਖੀਏ। ਧਿਆਨ ਲਾਉਣ ਵਾਲਿਆਂ ਵਿੱਚ ਵੀ ਉਹ ਧਿਆਨੀਆਂ ਵਿੱਚ ਉਸੇ ਨੂੰ ਤੱਕਣਾ ਕਰੀਏ। ਧਰਮ ਕਰਮ ਕੇ ਬਿਨਾ ਸੋ ਧਰਮ ਕਰਮ ਲੇਖੀਐ। ਹਾਂ ਕਹਿੰਦੇ ਅਧਰਮ ਰੂਪ ਕਰਮ ਤੋਂ ਉਹ ਬਿਨਾ ਹੈ ਸੋ ਭਲੀ ਪ੍ਰਕਾਰ ਧਰਮ ਰੂਪ ਕਰਮ ਕਰਨ ਵਾਲਾ ਉਹਨੂੰ ਲੇਖੀਆ ਲਿਖਣਾ ਚਾਹੀਦਾ ਜਾਣਨਾ ਚਾਹੀਦਾ ਹੈ। ਵਰਤਾਦ ਆਦਿ ਸੰਜਮਾਦ ਤੀਰਥ ਦੇਵ ਕਰਮ ਜਿਹੜੇ ਵਰਤ ਆਦਿਕ ਰੱਖਣੇ ਹਨ ਹੋਰ ਦਾਨ ਕਰਨਾ ਹੈ ਸੰਜਮ ਰੱਖਣਾ ਹੈ ਖਾਣ ਪੀਣ ਦਾ ਹੁੰਦਾ ਨਾ ਸੰਜਮ ਪਤ ਪਰਹੇਜ ਜਿਹਨੂੰ ਕਹਿ ਦਿੰਦੇ ਆ ਕੁਝ ਵੀ ਆਈ ਅਸੀਂ ਖਾਣਾ ਇਸ ਪਾਸੇ ਸਾਡਾ ਸੰਜਮ ਇਹ ਨਹੀਂ ਅਸੀਂ ਖਾਂਦੇ ਉਹ ਪਥ ਪਰਹੇਜ ਰੱਖਣਾ ਹੋਰ ਤੀਰਥ ਯਾਤਰਾ ਕਰਨੀ ਦੇਵਤਿਆਂ ਨੂੰ ਮਾਉਣਾ ਇਹ ਤਾਰਕ ਜਿਹੜੇ ਕੋਈ ਕਰਮ ਹਨ। ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨਾ ਭਰਮਣ ਇਸ ਤਰ੍ਹਾਂ ਜਿਹੜੇ ਅਸਮੇਧ ਆਦਿਕ ਜਗ ਹਨ ਤੇ ਆਦਿ ਕੁੰਜ ਮੇਦ ਹਾਥੀ ਮੇਰ ਹਾਥੀ ਦੀ ਮੇਜ ਨਾ ਮੇਜਦਾ ਹੈ ਹਾਥੀ ਦੀ ਮੇਜ ਪਾ ਕੇ ਕੋਈ ਜੱਗ ਵਗੈਰਾ ਕਰਨਾ ਉਹਨੂੰ ਗਜਾ ਮੇਰ ਵੀ ਕਹਿ ਦਿੰਦੇ ਕੁੰਜ ਮੇਰ ਵੀ ਕਹਿ ਦਿੰਦੇ ਇਸ ਤਰ੍ਹਾਂ ਜਿਹੜਾ ਕੋਈ ਗਜਾ ਮੇਰ ਆਦਿ ਜੱਗ ਹੈ ਤੇ ਰਾਜਸੂ ਜੱਗ ਹੈ ਜਿਹਦੇ ਵਿੱਚ ਰਾਜੇ ਹੀ ਸਾਰਾ ਕੁਛ ਅੱਗੇ ਹੋ ਕੇ ਕਰਨ ਤੇ ਰਾਜਿਆਂ ਦੀ ਹੀ ਬਲੀ ਦਿੱਤੀ ਜਾਏ। ਜੋ ਪਾਰਸਨਾਥ ਇੱਕ ਬੜਾ ਮਹਾਨ ਚੱਕਰਵਰਤੀ ਪਾਤਸ਼ਾਹੀ ਦੁਨੀਆਂ ਵਿੱਚ ਹੋਇਆ 14 ਵਿਦਿਆ ਪੜ੍ਹਿਆ ਹੋਇਆ ਸੀ ਅੱਗੇ ਹਿੱਸੇ ਵਿੱਚ ਹੀ ਉਹਦਾ ਪ੍ਰਸੰਗ ਸਾਰਾ ਖੋਲ ਖੋਲ ਕੇ ਪਾਰਸਨਾਥ ਦਾ ਆ ਜਾਣਾ ਹੈ। 14 ਵਿਦਿਆ ਦੇ ਬਲ ਨਾਲ ਜਿਹੜੇ ਸ਼ਾਸਤਰਧਾਰੀ ਸੀ ਲੋਕ ਉਹ ਇਹਨੇ ਅਧੀਨ ਕਰ ਲਏ ਤੇ ਸ਼ਾਸਤਰ ਵਿਦਿਆ ਦੇ ਨਾਲ ਜਿਹੜੇ ਸ਼ਾਸਤਰ ਪੜ੍ਹੇ ਸੀ ਲੋਕ ਉਹ ਅਧੀਨ ਕਰ ਲਏ ਫਿਰ
ਜਦੋਂ ਸਾਰੇ ਅਧੀਨ ਹੋ ਗਏ ਤੇ ਵਜ਼ੀਰਾਂ ਨੂੰ ਕਹਿਣ ਲੱਗਾ ਵੀ ਹੁਣ ਆਪਾਂ ਰਾਜਸੂ ਜੱਗ ਕਰਨਾ ਹੈ। ਵਜ਼ੀਰ ਸਿਆਣੇ ਸੀ, ਉਹਨਾਂ ਵਿੱਚ ਇੱਕ ਜ਼ਿਆਦਾ ਵਜ਼ੀਰ ਸਿਆਣਾ ਸੀ। ਉਹਨੇ ਸੋਚਿਆ ਵੀ ਅੱਜ ਕਹਿੰਦਾ ਰਾਜਸੂ ਜੱਗ ਕਰਨਾ, ਕੱਲ ਨੂੰ ਵਜ਼ੀਰ ਜੱਗ ਕੀ ਵੀ ਕਹੂਗਾ, ਵਜ਼ੀਰ ਮਾਰਨੇ ਸਾਡੀ ਵਾਰੀ ਆਜੂ। ਉਹ ਕਹਿੰਦਾ ਰਾਜਨ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, 14 ਵਿਦਿਆ ਦੇ ਨਿਧਾਨ ਖਜ਼ਾਨੇ ਹੋ, ਕਿ ਕੋਈ ਵਿਘਨ ਨਾ ਪੈ ਜਾਏ ਰਾਜਸੂ ਜੱਗ ਵਿੱਚ। ਇਹ ਸਾਰਾ ਪਹਿਲਾਂ ਵਿਚਾਰ ਲੈਣਾ ਚਾਹੀਦਾ। ਉਹ ਕਹਿੰਦੇ ਵੀ ਇਹ ਕੀ ਵੀ ਘੋੜਾ ਛੱਡ ਕੇ ਤੇ ਮਗਰ ਫੌਜਾਂ ਚਾਹੀਦੀਆਂ ਤੁਹਾਡੀਆਂ, ਜਿਹੜਾ ਘੋੜਾ ਫੜੇ ਉਹਨੇ ਨਾਲ ਜੰਗ ਕਰਨਾ ਚਾਹੀਦਾ। ਜਦੋਂ ਜਿੱਤ ਲਿਆ, ਜਦੋਂ ਕੋਈ ਘੋੜਾ ਨਾ ਫੜੇ, ਫਿਰ ਸਮਝ ਲਓ ਵੀ ਤੁਹਾਡੇ ਬੀਏ ਹੋ ਗਈ। ਫਿਰ ਉਦੋਂ ਗਾਰ ਕਹਿੰਦੇ ਜਿਹੜੇ ਕੋਈ ਸਿਆਣੇ ਲੋਕ ਹੈ, ਦਿਵ ਦ੍ਰਿਸ਼ਟੀ ਲੋਕ ਹੈ, ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ, ਫਿਰ ਰਾਜ ਸੁਜਾਗ ਕਰਨਾ ਚਾਹੀਦਾ। ਐਵੇਂ ਨਹੀਂ ਕਹਿੰਦੇ ਵੀ ਆ ਤਾਂ ਠੀਕ ਹੈ, ਆਪਾਂ ਘੋੜਾ ਛੱਡ ਦਿੰਦੇ ਹਾਂ, ਫੌਜਾਂ ਤੋਰ ਦਿੰਦੇ ਹਾਂ, ਜਿਹੜਾ ਫੜੂਗਾ ਘੋੜੇ ਨੂੰ ਉਹਦੇ ਨਾਲ ਜੰਗ ਕਰਾਂਗੇ, ਉਹਨੂੰ ਅਧੀਨ ਕਰਾਂਗੇ, ਫਿਰ ਆਪਾਂ ਕਰਾਂਗੇ। ਘੋੜਾ ਕਿਸੇ ਨੇ ਨਾ ਫੜਿਆ। ਵਜ਼ੀਰਾਂ ਨੂੰ ਕਹਿਣ ਲੱਗਾ ਵੀ ਹੁਣ ਤਾਂ ਤਸੱਲੀ ਹੈ ਨਾ। ਵਜ਼ੀਰ ਸਿਆਣਾ ਸੀ, ਕਹਿਣ ਲੱਗਾ ਜੀ ਨਹੀਂ ਵੀ ਮੈਨੂੰ ਨਹੀਂ ਰਿਹਾ ਵੀ ਵਿਘਨ ਪਊਗਾ, ਨਹੀਂ ਹੋਣਾ ਰਾਜਸੂ ਜੱਗ। ਕਹਿੰਦਾ ਵੀ ਉਹ ਦੱਸ। ਕਹਿੰਦਾ ਮੈਂ ਤਾਂ ਨਹੀਂ ਦੱਸ ਸਕਦਾ। ਤੇ ਇੱਕ ਮੁਨੀ ਹੈਗਾ ਹੈ, ਉਹ ਬੈਠਾ ਸਮੁੰਦਰ ਦੇ ਵਿੱਚ, ਇੱਕ ਬੜਾ ਪਟਕੜਾ ਮੱਛ ਹੈ ਉਹਦੇ ਵਿੱਚ ਲੁਕਿਆ ਬੈਠਾ ਮੁਨੀ, ਉਹਦਾ ਨਾਂ ਹੈ ਮਛਿੰਦਰਨਾਥ। ਉਹ ਮਛਿੰਦਰਨਾਥ ਨੂੰ ਮੱਛ ਦੇ ਪੇਟ ਵਿੱਚੋਂ ਤੁਸੀਂ ਕੱਢੋ ਤੇ ਫਿਰ ਤੁਹਾਨੂੰ ਦੱਸ ਦੂ ਵੀ ਕੋਈ ਦੁਨੀਆਂ ਵਿੱਚ ਤੁਹਾਡਾ ਫਲਾਨਾ ਬੈਰੀ ਹੈ, ਉਹਨੂੰ ਤੁਸੀਂ ਮਾਰੋ, ਫਿਰ ਉਹਨੂੰ ਤੁਸੀਂ ਮਾਰ ਦਿਓ, ਜਿਹੜਾ ਮੁਨੀ ਦੱਸੂਗਾ ਉਦੋਂ ਬਾਅਦ ਰਾਜਸੂ ਜੱਗ ਕਰ ਲਿਓ। ਕਹਿੰਦਾ ਵੀ ਇਹ ਤਾਂ ਵਜ਼ੀਰ ਤੋਂ ਬਹੁਤ ਵਧੀਆ ਗੱਲ ਦਿੱਤੀ ਹੈ ਵੀ ਜਿਸ ਬੈਰੀ ਨੇ ਇਹ ਵਿਘਨ ਪਾਉਣਾ ਹੈ ਉਹ ਮੁਨੀ ਦੱਸੂਗਾ, ਆਪਾਂ ਕੱਢ ਲੈਂਦੇ ਹਾਂ। ਚਲੋ ਸਮੁੰਦਰ ਦੇ ਕਿਨਾਰੇ ਚਲੇ ਗਏ, ਜਾਲ ਜੁਲ ਸਿੱਟੇ। ਪਹਿਲਾਂ ਤਾਂ ਉਹ ਲੱਭਿਆ ਹੀ ਨਹੀਂ, ਅਖੀਰ ਉਹ ਮਛਲੀਆ ਫਸ ਗਿਆ ਜਾਲ ਵਿੱਚ, ਬਾਹਰ ਕੱਢ ਲਿਆ। ਜਦ ਚੀਰ ਫਾੜ ਕੀਤੀ ਉਹਦੇ ਵਿੱਚੋਂ ਨਿਕਲਿਆ ਮੁਨੀ, ਉਹਦੇ ਦਸਵੇਂ ਦੁਆਰ ਦੇ ਵਿੱਚ ਸਮਾਧੀ ਲੱਗੀ ਹੋਈ ਹੈ। ਫਿਰ ਮੱਖਣੀ ਮੁਖਣੀ ਕਸਤੂਰੀ ਵਗੈਰਾ ਪਾ ਕੇ ਜਦੋਂ ਉਹਦੇ ਤਾਲੂਏ ਦੀ ਝੱਸੀ ਹੈ, ਦਸਵਾਂ ਦਰਮੈਸ਼ ਜਾਂ ਗਰਮੈਸ਼ ਵਿੱਚ ਆਇਆ, ਸੁਹਾਸ ਹੇਠਾਂ ਉਤਰਿਆ ਹੈ, ਅੱਖਾਂ ਜਿਹੀਆਂ ਖੋਲੀਆਂ, ਇੱਧਰ ਉੱਧਰ ਝਾਕਿਆ,
ਪੁੱਛ ਪੜਤਾਲ ਕੀਤੀ। ਵਜ਼ੀਰ ਨੇ ਦੱਸਦਾ ਕਹਿੰਦੇ ਜੀ ਇਹ ਪਾਰਸ ਨਾਲ ਚੱਕਰਵਰਤੀ ਪਾਤਸ਼ਾਹ ਹੈ। ਕਹਿੰਦੇ ਫੇਰ ਸਾਨੂੰ ਕਿਉਂ ਵੀ ਇਹ ਤੁਸੀਂ ਇਹ ਸਵਾਦੀ ਤੋਂ ਸਥਾਨ ਕੀਤਾ, ਇਹਨੂੰ ਕੀ ਮੇਰੇ ਤੱਕ ਲੋੜ ਪੈਗੀ? ਕਹਿੰਦੇ ਜੀ ਇਹਨੇ ਰਾਜਸੂ ਜੱਗ ਕਰਨਾ ਹੈ। ਕਹਿੰਦੇ ਫਿਰ ਕਰ ਲੈਂਦਾ? ਕਹਿੰਦੇ ਉਹ ਰਾਜਸੂ ਜੱਗ ਤਾਂ ਹੋ ਸਕਦਾ ਜੇ ਦੁਨੀਆਂ ਵਿਚ ਕੋਈ ਕਿਸੇ ਦਾ ਬੈਰੀ ਨਾ ਹੋਵੇ, ਨਹੀਂ ਤਾਂ ਬੈਰੀ ਵਿਘਨ ਪਾਉਂਦਾ ਹੁੰਦਾ। ਤੇ ਤੁਹਾਡੇ ਕੋਲ ਇਹ ਪੁੱਛਣ ਆਇਆ ਹੈ ਕਿ ਮੇਰਾ ਕੋਈ ਬੈਰੀ ਤਾਂ ਨਹੀਂ? ਉਹ ਖਿੜਖਿੜਾ ਕੇ ਹੱਸਿਆ ਮਸ਼ਿੰਦਰ ਮੁਨੀ, ਬੈਰੀ ਤਾਂ ਤੇਰੇ ਅੰਦਰ ਹੀ ਹੈਗਾ, ਬਹੁਤ ਵੱਡਾ ਦੁਸ਼ਮਣ ਹੈ। ਆ ਕੀ ਦੁਨੀਆਂ ਦੇ ਰਾਜੇ ਤੂੰ ਕੰਟਰੋਲ ਕਰ ਲਏ, ਜਿੱਤ ਲਏ, ਉਹ ਨਹੀਂ ਜਿੱਤਿਆ ਜਾਂਦਾ ਕਿਸੇ ਤੋਂ। ਮੈਂ ਇੱਥੇ ਬੈਠਾ ਮੱਛ ਦੇ ਪੇਟ ਵਿਚ ਸਮਾਧੀ ਲਾ ਕੇ ਟਿਕਿਆ, ਮੇਰਾ ਬੈਰੀ ਅਜੇ ਮੇਰੇ ਬਸ ਨਹੀਂ, ਨਿਕਲ ਜਾਂਦਾ ਹੈ ਮਨ। ਮਨ ਬਹੁਤ ਵੱਡਾ ਦੁਸ਼ਮਣ ਹੈ। ਕਹਿੰਦੇ ਜੇ ਮਨ ਨੂੰ ਬੈਰੀ ਨੂੰ ਤੂੰ ਦੁਸ਼ਮਣ ਨੂੰ ਬਸ ਕਰ ਲੈ ਫੇਰ ਕਾਮਯਾਬ ਹੋ ਸਕਦਾ, ਨਹੀਂ ਤਾਂ ਨਹੀਂ। ਪਰ ਮੈਂ ਵੀ ਇੱਕ ਥਾਪੜ ਕੇ ਕਹਿੰਦਾ ਪਾਰਸ ਨਾਥ ਦੁਨੀਆਂ ਦੇ ਬੈਰੀ ਤੂੰ ਜਿੱਤ ਲਏ ਹੈ, ਵਿਦਿਆ ਪੜੇ ਵਿਦਵਾਨ ਤੂੰ ਜਿੱਤ ਲਏ ਹੈ, ਪਰ ਇਹ ਨਹੀਂ ਜਿੱਤਿਆ ਜਾਣਾ ਤੇਥੋਂ। ਮੈਂ 14 ਵਿਦਿਆ ਪੜਿਆ ਹੋਇਆ, ਚੱਕਰਵਰਤੀ ਪਾਤਸ਼ਾਹ, ਏਡੇ ਏਡੇ ਰਾਜੇ ਮੈਂ ਕਾਡੂ ਕਰ ਲਏ, ਏਡੇ ਏਡੇ ਵਿਦਵਾਨ ਕਰ ਲਏ, ਇਹ ਕੀ ਹੈ? ਕਹਿੰਦੇ ਹੈ ਭਾਵਾਂ ਭੋਰਾ ਕੀ, ਪਰ ਹੈ ਬੜਾ ਬਲਵਾਨ ਇਹ। ਜਦੋਂ ਪਾਰਸਨਾਥ ਲੱਗਿਆ ਮਨ ਤੇ ਕੰਟਰੋਲ ਕਰਨ, ਵੀ ਇਹਨੂੰ ਬਸ ਕਰਨਾ ਹੈ, ਸਾਰੇ ਸਾਧਨ ਜੇ ਲਾ ਕਰ ਕਰਕੇ ਹੰਬ ਥੱਕ ਗਿਆ, ਮਨ ਨਾ ਟਿਕਿਆ, ਮਨ ਨਾ ਬਸ ਆਇਆ, ਗੁੱਸਾ ਚੜਿਆ, ਕਹਿੰਦੇ ਓਏ ਹੱਦ ਹੋ ਗਈ, ਭੋਰਾ ਮਨ ਜਾਣੀ ਸੂਰਤ ਹੁੰਦਾ, ਇਹਨੂੰ ਤਾਂ ਮਰ ਜਾਣਾ ਹੀ ਚੰਗਾ ਹੈ। ਕਹਿੰਦਾ ਵੀ ਲੱਕੜਾਂ ਇਕੱਠੀਆਂ ਕਰੋ, ਚਿਖਾ ਬਣਾਓ, ਮੈਂ ਜਿਉਂਦੇ ਨੇ ਮੱਚ ਜਾਣਾ ਹੈ। ਲੱਕੜਾਂ ਇਕੱਠੀਆਂ ਕਰ ਲਈਆਂ, ਅੱਗ ਲਾ ਲਈ, ਵਿੱਚ ਜਾ ਕੇ ਛਾਲ ਮਾਰ ਕੇ ਬਹਿ ਗਿਆ। ਰੱਬ ਦੀ ਮਿਹਰ ਨੇਤ ਹੈ, ਧਰਮੀ ਸੀ, ਪੜਿਆ ਸੀ, ਲਿਖਿਆ ਸੀ, ਸਿਆਣਾ ਸੀ, 14 ਵਿਦਿਆ ਵਿੱਚ ਨਿਪੁੰਨ ਸੀ। ਅਗਨੀ ਠੰਡੀ ਹੋ ਗਈ, ਚਿਖਾ ਠੰਡੀ ਹੋ ਗਈ, ਨਹੀਂ ਸੜ ਸਕਿਆ। ਕਹਿੰਦਾ ਨਹੀਂ ਵੀ ਰਹਿਣਾ ਨਹੀਂ ਹੈ, ਇਹ 10ਵੇਂ ਦੁਆਰ ਦੇ ਵਿੱਚ ਜੋਗ ਅਗਨੀ ਕੱਢੀ, ਉਹਦੇ ਨਾਲ ਆਪਣੇ ਆਪ ਨੂੰ ਸਰੀਰ ਨੂੰ ਖਤਮ ਕਰ ਲਿਆ, ਸਾਲ ਲਿਆ ਇਸਨੇ। ਇਸ ਤਰ੍ਹਾਂ ਦੇ ਰਾਜਸੂ ਜੱਗ ਨੇ ਵੀ ਉਹਦੇ ਵਿੱਚ ਰਾਜਿਆਂ ਨੂੰ ਮਾਰ ਮਾਰ ਕੇ, ਉਹਨਾਂ ਦੀ ਮਿੱਝ, ਉਹਨਾਂ ਦੇ ਟੁਕੜੇ ਟੁਕੜੇ ਉਹਨਾਂ ਨੂੰ ਕਰਕੇ ਸਿਨਾ ਤੇ ਰਾਜਿਆਂ ਤੋਂ ਹੀ ਸਾਰਾ ਕੁਛ ਕਰਨਾ ਕਰਾਉਣਾ। ਪੈਰੇ ਵੀ ਰਾਜੇ ਦੇ ਹੁੰਦੇ ਹੈ, ਸਮੱਗਰੀ ਵੀ ਲਿਆ ਕੇ ਰਾਜੇ ਦੇਣਗੇ। ਇਸ ਤਰ੍ਹਾਂ ਰਾਜਿਆਂ ਨੂੰ ਹਵਨ ਕੀਤਾ ਜਾਊ, ਰਾਜਿਆਂ ਨੂੰ ਮਾਰ ਮਾਰ ਕੇ ਉਹਦੇ ਵਿੱਚ ਸਿੱਟਿਆ ਜਾਊ, ਫੇਰ ਕਿਤੇ ਜਾ ਕੇ ਜੱਗ ਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਵੀ ਜਿਹੜੇ ਰਾਜਸੂ ਜੱਗ ਹੈ, ਗਜਾ ਮੇਰ ਜੱਗ ਆਦਿਕ ਹੈ, ਬਿਨਾਂ ਭਰਮ ਨੂੰ ਕਿਨਾ ਬਿਨਾਂ ਭਰਮਾਂ ਤੋਂ
ਆਪ ਪਰਮ ਤੋਂ ਬਿਨਾ ਇਹ ਸਾਰੇ ਕਰ ਕਰਾ ਲਵੇ। ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀ ਹੈ। ਨਿਵਲੀ ਆਦਿ ਕਰਮ ਪੇਟ ਦੀ ਸਫਾਈ ਲਈ ਸਾਰਾ ਇਹ ਕਰਨਾ ਅੰਦਰਾਂ ਧੋ ਲੈਣੀ ਹੈ। ਨਿਵਲੀ ਆਦਿ ਕਰਮ ਅਨੇਕਾਂ ਤਰ੍ਹਾਂ ਜਿਹੜੇ ਭੇਖ ਹੈ ਇਹਨੂੰ ਇੱਕ ਭੇਖ ਜਾ ਦਿਖਾਵਾ ਹੀ ਮੰਨ ਲੈਣਾ ਚਾਹੀਦਾ। ਅਨੇਕਾਂ ਵਿੱਚੋਂ ਇਸ ਹਿੱਸੇ ਦਾ ਸਰੂਪ ਮੰਨਣਾ ਚਾਹੀਦਾ ਹੈ। ਅਨੇਕਾਂ ਪੰਥਾਂ ਵਿੱਚੋਂ ਹੀ ਮੰਨਣਾ ਚਾਹੀਦਾ ਹੈ। ਦੇਖ ਭੇਖ ਕੇ ਬਿਨਾ ਸੋ ਕਰਮ ਭਰਮ ਜਾਨੀ ਹੈ। ਅਦੇਖ ਭੇਖ ਕੇ ਬਿਨਾ ਜਿਹੜਾ ਅਦ੍ਰਿਸ਼ਟ ਰੂਪ ਹੈ ਦਿਸਦਾ ਨਹੀਂ ਹੈ ਭੇਖ ਕੇ ਬਿਨਾ ਕਿਸੇ ਦਿਖਾਵੇ ਤੋਂ ਬਿਨਾ ਹੈ। ਐਸਾ ਜਿਹੜਾ ਭੇਖਾਂ ਤੋਂ ਬਾਹਰਾ ਹੈ ਦ੍ਰਿਸ਼ਟ ਰਹਿਤ ਹੈ ਸੋ ਕਰਮ ਪਰਮ ਜਾਨੀ। ਉਹ ਤੋਂ ਬਗੈਰ ਸਾਰੇ ਜਿਹੜੇ ਕਰਮ ਹੈ ਉਹ ਪਰਮ ਰੂਪ ਕਰਕੇ ਸਮਝਣੇ ਚਾਹੀਦੇ ਹਨ। ਅਜਾਤ ਪਾਤ ਅਮਾਤ ਤਾਤ ਅਜਾਤ ਸਿੱਧ ਹੈ ਸਦਾ। ਜਾਤ ਤੋਂ ਰਹਿਤ ਪਾਤ ਬਰਾਦਰੀ ਪੰਕਤੀ ਤੋਂ ਰਹਿਤ ਮਾਤਾ ਤੋਂ ਰਹਿਤ ਪਿਤਾ ਤੋਂ ਰਹਿਤ ਜਾਤ ਪੈਦਾ ਹੋਣ ਤੋਂ ਰਹਿਤ ਉਹ ਸਿੱਧ ਹੈ ਸਦਾ ਪ੍ਰਸਿੱਧ ਹੈ ਹਮੇਸ਼ਾ। ਅਸ਼ਤਰੂ ਮਿੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ। ਦਰੇਕੜੇ ਲੱਗਣੇ ਅਸ਼ਤਰੂ ਦੇ ਅਸ਼ਤਰ ਕੜਾ ਅਸ਼ਤਰ ਉਹਦਾ ਕੋਈ ਬੈਰੀ ਨਹੀਂ ਹੈ ਮਿੱਤਰ ਨਹੀਂ ਹੈ ਪੁੱਤਰ ਨਹੀਂ ਹੈ ਪੌਤਰਾ ਨਹੀਂ ਹੈ। ਜਿੱਥੇ ਜਿੱਥੇ ਕਿੱਥੇ ਸਾਰਿਆਂ ਥਾਵਾਂ ਦੇ ਵਿੱਚ ਸਾਰਿਆਂ ਦੇ ਦੇਣ ਵਾਲਾ ਬਿਰਾਜਮਾਨ ਵੀ ਹੈ। ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀ ਹੈ। ਫਿਰ ਅਖੰਡ ਰੂਪ ਹੈ ਮੰਡ ਹੋਂਦ ਰੂਪ ਹਸਤੀ ਰੂਪ ਹੈ ਚੰਡ ਪ੍ਰਕਾਸ਼ ਰੂਪ ਹੈ ਡੰਡ ਤੋਂ ਰਹਿਤ ਹੈ ਅਖੰਡ ਖੰਡ ਭਾਖੀ ਹੈ। ਜਿਹੜੇ ਨਹੀਂ ਖੰਡੇ ਜਾਣ ਵਾਲੇ ਉਹ ਅਖੰਡਾਂ ਨੂੰ ਖੰਡਣ ਵਾਲਾ ਟੁੱਟੇ ਕਰਨ ਵਾਲਾ ਕਹੀਆ ਜਾਂਦਾ ਹੈ। ਨਾ ਰੂਪ ਰੰਗ ਰੇਖ ਅਲੇਖ ਭੇਖ ਮੈਂ ਨਾ ਰਾਖੀ ਹੈ। ਨਾ ਉਹਦਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਕੋਈ ਰੇਖ ਹੈ ਲਿਖੇ ਤੋਂ ਰਹਿਤ ਹੈ ਤੇ ਭੇਖਾਂ ਵਿੱਚ ਪੰਥਾਂ ਵਿੱਚ ਵੀ ਨਹੀਂ ਰੱਖੀ ਦਾ ਹੈ ਭੇਖਾਂ ਵਿੱਚ ਵੀ ਉਹ ਫਸਿਆ ਨਹੀਂ ਹੈ। ਅਨੰਤ ਤੀਰਥ ਆਦਿ ਆਸਨਾਦ ਨਾਰਦ ਆਸਨ। ਬੇਅੰਤ ਬੇਅੰਤ ਜੇ ਆਦਿ ਤੀਰਥ ਹੈ ਪੁਰਾਤਨ ਤੀਰਥ ਹੈ ਬੇਅੰਤ ਬੇਅੰਤ ਆਸਨ ਆਦਿਕ ਹੈ ਜਿਹੜੇ ਯੋਗ ਆਸਨ ਹੈ ਜਿਵੇਂ 84 ਲੱਖ ਜੂਨੀ ਹੈ ਤੇ 84 ਲੱਖ ਹੀ ਆਸਨ ਹਨ। ਫਿਰ ਉਹਨਾਂ ਵਿੱਚੋਂ ਜਿਹੜੇ ਕੋਈ ਖਾਸ ਆਸਨ ਹੈ ਜਿਹੜੇ ਆਰਾਮਦਾਈ ਆਸਨ ਉਹ 84 ਹੈ ਮੁੱਖ ਰੂਪ ਵਿੱਚ। ਉਹਨਾਂ ਵਿੱਚੋਂ ਫਿਰ 16 ਮੁੱਖ ਹਨ 16 ਵਿੱਚੋਂ 8 ਹੈ 8 ਵਿੱਚੋਂ 4 ਹੈ 4 ਵਿੱਚੋਂ ਫਿਰ 2 ਹੈ ਇੱਕ ਪਦਮ ਆਸਨ ਇੱਕ ਸਿੱਧ ਆਸਨ। ਉਹ ਜਿਹੜੇ ਕੋਈ ਯੋਗ ਆਸਨ ਆਦਿ ਹਨ ਤੇ ਨਾਰਦ
ਪੰਚ ਰਾਤਰੀ ਗ੍ਰੰਥ ਜਿਹੜਾ ਇਹਦਾ ਜਿਹੜਾ ਕੋਈ ਆਸਨ ਹੈ ਪੂਜਨ ਹੈ ਇਹ ਸੰਸਾਰ ਜਿਹਦੇ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਉਹ ਸੰਸਾਰ ਪੂਜਨ ਕਰਨਾ ਭਗਤੀ ਕਰਕੇ ਜਾਂ ਆਸਨ ਇਹਨਾਂ ਦੀ ਵੀ ਕੋਈ ਆਸਾ ਨਹੀਂ ਹੈ। ਵੈਰਾਗ ਔ ਸੰਨਿਆਸ ਔ ਅਨਾਦ ਯੋਗ ਪ੍ਰਨਾਸਨ ਵੈਰਾਗ ਧਾਰਨ ਕਰਨਾ ਤਿਆਗ ਉਪਰਾਂਤਾ ਧਾਰਨੀ ਸੰਨਿਆਸ ਤਿਆਗ ਕਰਨਾ ਉਪਰਾਮ ਹੋਣਾ ਔ ਅਨਾਦ ਅਨ ਆਦਿਕ ਦਾ ਜਿਹੜਾ ਖਾਣਾ ਛੱਡ ਕੇ ਯੋਗ ਚੰਗਾ ਜਿਹੜਾ ਕੋਈ ਅਨਾਦਿਕਾ ਪ੍ਰਸ਼ਾਸਨ ਭੋਜਨ ਛਕਣਾ ਇਹ ਸਭ ਕੁਝ ਤਿਆਗ ਦੇਣਾ। ਅਨਾਦ ਤੀਰਥ ਸੰਜਮਾਦ ਵਰਤ ਨੇਮ ਪੇਖੀਐ ਜਿਹੜੇ ਅਨਾਦੀ ਤੀਰਥ ਹੈ ਪਹਿਲਾਂ ਮੁੜ ਤੋਂ ਲੈ ਕੇ ਤੀਰਥ ਜੁਗਾਂ ਜੁਗਾਂ ਚੱਲਦੇ ਆਏ ਸੰਜਮ ਆਦਿਕ ਵਰਤ ਅਕਾਦਸ਼ੀ ਚੌਦੇ ਦੇ ਨਰਸਿੰਘ ਦੇ ਅਸ਼ਟਮੀ ਦੇ ਤੇ ਹੋਰ ਜਿਹੜੇ ਕੁਝ ਚੰਦਰਾਣੀ ਵਰਤ ਹਨ ਨੇਮ ਵੀ ਮੈਂ ਆਹ ਇੰਨੇ ਸਾਲ ਨਹੀਂ ਕਰਨਾ ਹੈ ਇੰਨਾ ਜੁੱਤੀ ਨਹੀਂ ਪਾਉਣੀ ਕੱਪੜੇ ਨਹੀਂ ਪਾਉਣੇ ਭੋਜਨ ਨਹੀਂ ਖਾਣਾ ਹੈ ਜਿਹੜੇ ਵੇਖੇ ਜਾਂਦੇ ਹਨ। ਅਨਾਦ ਅਗਾਦ ਕੇ ਬਿਨਾ ਸਮਸਤ ਭਰਮ ਲੇਖੀਐ ਕਹਿੰਦੇ ਜਿਹੜਾ ਅਨਾਦੀ ਸਰੂਪ ਅਗਾਦ ਸਰੂਪ ਉਹ ਤੋਂ ਬਗੈਰ ਬਾਕੀ ਜਿਹੜਾ ਕੁਝ ਕਿਹਾ ਹੈ ਨਾ ਆ ਤੀਰ ਸੰਜਮ ਆਦਿਕ ਵਰਤ ਨੇ ਸਾਰਿਆਂ ਨੂੰ ਭਰਮ ਰੂਪ ਕਰਕੇ ਲਿਖਣਾ ਚਾਹੀਏ। ਰਸਾਵਲ ਛੰਦ ਦਯਾਦ ਆਦ ਧਰਮ ਦਯਾ ਸਾਰੇ ਧਰਮਾਂ ਦਾ ਜਿਹੜਾ ਉਹ ਮੁੱਢ ਹੈ ਦਯਾ ਹੈ ਇਹ ਦਯਾਦਿਕ ਜਿਹੜਾ ਧਰਮ ਹੈ ਸਾਰੇ ਧਰਮਾਂ ਦਾ ਮੁੱਢ ਕਹਿੰਦੇ ਦਯਾ ਆਦਿਕ ਹੈ ਉਹ ਵੀ ਕਰ ਕਰਾ ਲਵੇ। ਸੰਨਿਆਸ ਆਦ ਕਰਮ ਇਸੇ ਤਰ੍ਹਾਂ ਸਾਰੇ ਕਰਮਾਂ ਦਾ ਮੁੱਢ ਹੈ ਸੰਨਿਆਸ ਉਹ ਹੈ ਤਿਆਗ ਇਹ ਵੀ ਤਿਆਗ ਵੀ ਕਰ ਲਵੇ। ਗਜਾਦ ਆਦ ਦਾਨ ਸਾਰਿਆਂ ਦਾਨਾਂ ਵਿੱਚੋਂ ਜਿਹੜਾ ਹਾਥੀਆਂ ਦਾ ਦਾਨ ਹੈ ਉਹ ਵੀ ਕਰ ਕਰਾ ਲਵੇ ਹਾਥੀ ਦਾਨ ਵੀ ਕਰ ਦੇਵੇ। ਹਯਾਦ ਆਦ ਥਾਨ ਇਸੇ ਤਰ੍ਹਾਂ ਸਾਰੇ ਥਾਨੋ ਕੀ ਜੱਗਾਂ ਦੇ ਵਿੱਚੋਂ ਜਿਹੜਾ ਹਯਾਦ ਹੈ ਸਾਰਿਆਂ ਜੱਗਾਂ ਵਿੱਚੋਂ ਸਮੇਰ ਜਿਹੜਾ ਜੱਗ ਹੈ ਘੋੜੇ ਦਾ ਜੱਗ ਹੈ ਘੋੜਾ ਮਾਰ ਕੇ ਸਮੇਰ ਜੱਗ ਕਰਨਾ ਇਹ ਮਹਾਨ ਹੈ ਵੀ ਕਰ ਕਰਾ ਲਵੇ। ਸਵਰਨ ਆਦ ਦਾਨ ਹਾਂ ਸੋਨੇ ਆਦਿਕ ਦਾ ਜਿਹੜਾ ਦਾਨ ਉਹ ਵੀ ਕੋਈ ਕਰ ਕਰਾ ਲਵੇ। ਸਮੁੰਦਰ ਆਦ ਇਸ਼ਨਾਨ ਹਾਂ ਜਿੰਨੇ ਕਹਿੰਦੇ ਸੱਤ ਸਮੁੰਦਰ ਹੈ ਤੋਂ ਆਹ ਲੈ ਕੇ ਜਿੰਨੇ 999 ਨਦੀ ਤੇ ਤੀਰਥ ਬਣੇ ਹੈ ਸਾਰਿਆਂ ਤੇ ਇਸ਼ਨਾਨ ਵੀ ਕਰ ਲਵੇ। ਵਿਸ਼ਵਾਦ ਆਦ ਭਰਮ ਵਿਸ਼ਵ ਜਿਹੜਾ ਰਮੇਸ਼ਰ ਹੈ ਇਸ ਤੋਂ ਆਲਕ ਜਿੰਨੇ ਤੀਰਥ ਹੈ ਸਾਰਿਆਂ ਨੂੰ ਕਹਿੰਦੇ ਉਹ ਭਰਮ ਰੂਪ ਕਰਕੇ ਹੀ ਜਾਣੇ ਭਰਮ ਪਾਉਣ ਵਾਲੇ ਹੀ ਹਨ।
ਵਿਰਕਤ ਆਦਿ ਆਦਿ ਕਰਮ, ਇਸੇ ਤਰ੍ਹਾਂ ਜਿਹੜੇ ਵਿਰਕਤ ਤਿਆਗ ਪੁਣਾ ਧਾਰਨਾ ਆਦਿ ਜਿਹੜਾ ਕਰਮ ਇਤਾਰਕ ਜਿਹੜੇ ਕਰਮ ਹਨ ਸਭ ਨਿਸ਼ਫਲ ਹਨ। ਨਿਵਲ ਆਦਿ ਕਰਨ, ਹਾਂ ਇਸ ਤਰ੍ਹਾਂ ਨਿਉਲੀ ਆਦਿਕ ਜਿਹੜਾ ਨੇਤੀ ਧੋਤੀ ਬਸਤੀ ਨਿਉਲੀ ਆਦਿਕ ਕਿਰਿਆ ਕਰਨੀ। ਸੁਨੀਲ ਆਦਿ ਵਰਣ, ਹਾਂ ਇਸੇ ਤਰ੍ਹਾਂ ਜਿਹੜਾ ਸੁਨੀਲ ਜਿਹੜਾ ਸ਼ਿਆਮ ਰੂਪ ਹੈ ਉਹ ਸ਼ਾਮਲ ਰੂਪ ਹੈ, ਇਸ ਆਦਿਕ ਦਾ ਜਿਹੜਾ ਕੋਈ ਵਰਣਨ ਕਰਨਾ ਕਥਨ ਕਰਨਾ। ਅਨਿਲ ਆਦਿ ਧਿਆਨ, ਅਨਿਲ ਕੀ ਜਿਹੜੇ ਗਿਣਤੀ ਤੁਰ ਹੈ, 33 ਕਰੋੜ ਦੇਵੀ ਦੇਵਤੇ ਹੈ, 9 ਕਰੋੜ ਦੁਰਗਾ ਹੈ, 33 ਕਰੋੜ ਦੇਵਤੇ ਦਾ ਆਲੇ ਦੁਆਲੇ ਸਾਰਿਆਂ ਦਾ ਧਰਨਾ ਧਿਆਨ ਕਰ ਲਵੇ। ਜਪਤ ਤਤ ਪ੍ਰਧਾਨ, ਪਰ ਕਹਿੰਦੇ ਜਿਹੜਾ ਉਹ ਤਤ ਕੀ ਉਹ ਜਿਹੜਾ ਹੈ ਨਾ ਪਰਮੇਸ਼ਰ ਉਹਦਾ ਜਪਣਾ ਸਦਾ ਜਿਹੜਾ ਜਪਣਾ ਸਭ ਤੋਂ ਪ੍ਰਧਾਨ ਹੈ। ਪਰਮੇਸ਼ਰ ਦਾ ਜਿਹੜਾ ਜਪ ਕਰਨਾ ਹੈ ਇਹ ਬੇਗਣਿਤ ਦੇਵਤਿਆਂ ਦੇ ਧਿਆਨ ਤਰਨੋ ਜਿਹੜਾ ਤਰਸ ਰੂਪ ਦਾ ਜਪਣਾ ਇਹ ਪ੍ਰਧਾਨ ਹੈ, ਮੁੱਖ ਹੈ, ਮਹਾਨ ਹੈ। ਅਮਿਕਤਾਦ ਭਗਤ, ਹਾਂ ਇਸੇ ਤਰ੍ਹਾਂ ਮਿਣਤੀ ਤੋਂ ਰਹਿਤ ਜਿਹੜਾ ਕੋਈ ਉਹ ਭਗਤੀ ਕਰਨੀ ਹੈ। ਅਵਿਕਤਾਦ ਬਰਕਤੰ, ਹਾਂ ਇਸੇ ਤਰ੍ਹਾਂ ਵਿਅਕਤੀ ਤੋਂ ਰਹਿਤ ਜਿਹੜਾ ਕੋਈ ਤਿਆਗ ਕਰਨਾ ਹੈ, ਵਿਅਕਤਪੁਣੇ ਦਾ ਤਿਆਗ ਕਰਨਾ ਹੈ। ਪ੍ਰਸ਼ਸ ਤੁਵਾ ਪ੍ਰਜਾਪੰ, ਹਾਂ ਪ੍ਰਸ਼ਕਾ ਕੇ ਜਗਿਆਸੂ ਬਣ ਕੇ ਉਸ ਪਰਮੇਸ਼ਰ ਦਾ ਜਾਪ ਕਰਨਾ ਹੈ। ਪ੍ਰਭਗਤਾ ਅਥਾਪੰ, ਪਰ ਭਗਤਾ ਅਥਾਪੰ ਪਰ ਕਹਿੰਦੇ ਵਿਸ਼ੇਸ਼ ਕਰਕੇ ਭਗਵਾਨ ਨੂੰ ਤਾਂ ਕਹਿੰਦੇ ਇਸ਼ਤਤ ਰੂਪ ਕਰਕੇ ਜਾਣੇ, ਉਹ ਸਾਰੇ ਇਸ਼ਤਤ ਹੈ, ਉਹਦੀ ਮਹਾਨਤਾ ਹੈ। ਸੋ ਭਗਤਾਦ ਭਗਤਾਦ ਕਰਨ, ਹਾਂ ਜਿਹੜਾ ਕਹਿੰਦੇ ਭਗਤੀ ਆਦਿਕ ਦਾ ਕਰਨਾ ਹੈ, 11 ਪ੍ਰਕਾਰ ਦੀ ਭਗਤੀ ਦਾ ਕਰਨਾ ਹੈ। ਅਜਗਤ ਪ੍ਰਹਰਣ, ਹਾਂ ਇਸੇ ਤਰ੍ਹਾਂ ਜਿਹੜਾ ਜਗਤਪੁਰੇ ਦਾ ਵਿਸ਼ੇਸ਼ ਕਰਕੇ ਨਾਸ ਕਰਨਾ ਭਾਵ ਕਰਨਾ ਇਹਨੂੰ ਨਾਸਵੰਤ ਸਮਝਣਾ ਹੈ। ਬਰਕਤ ਪ੍ਰਕਾਸ਼ਨ, ਹਾਂ ਇਸੇ ਤਰ੍ਹਾਂ ਜਿਹੜਾ ਬਰਕਤ ਪੁਣਾ ਉਹਦੇ ਪ੍ਰਕਾਸ਼ਨ ਵਾਲਾ ਤੂੰ ਹੈ, ਤਿਆਗ ਦਾ ਪ੍ਰਕਾਸ਼ ਕਰਨ ਵਾਲਾ ਤੂੰ ਹੈ। ਅਵਿਗਤ ਪ੍ਰਣਾਸਨ, ਹਾਂ ਜਿਹੜਾ ਵਿਅਕਤੀ ਤੋਂ ਰਹਿ ਤੂੰ ਨਾਸ ਕਰਨ ਵਾਲਾ ਹੈ। ਸਮਸਤ ਪ੍ਰਧਾਨ, ਸਾਰਿਆਂ ਵਿੱਚੋਂ ਤੂੰ ਹੀ ਪ੍ਰਧਾਨ ਹੈ, ਮੁੱਖ ਹੈ। ਤੁਜਸਤੋ ਤਰਾਨ, ਹਾਂ ਜਿਹੜਾ ਤੁਜਾ ਰੂਪ ਹੈ ਚੰਡਾਰਾ ਉਹਦਾ ਤੂੰ ਹੀ ਤਰਾਨੋ ਕੀ ਹੈ, ਤੁਰਾ ਹੈ, ਮੁੱਢ ਹੈ, ਡੰਡਾ ਹੈ, ਸਹਾਰਾ ਹੈ। ਅਵਿਕਤਵਾ ਅਪੰਗ, ਹਾਂ ਇਸੇ ਤਰ੍ਹਾਂ ਵਿਗਤੀ ਤੋਂ ਰਹਿ ਤੈ ਤੇ ਤੂੰ ਨਾਸ ਤੋਂ ਰੰਗ ਟੁੱਟਣ ਤੋਂ ਰਹਿ ਤੈ। ਇਕਸਤਵਾ ਅਨੰਗੰ, ਅਨੰਗੂ ਦੇਹ ਤੋਂ ਬਗੈਰ ਇੱਕੋ ਇੱਕ ਤੁੰਜ ਹੋਈ ਹੈ, ਬਾਕੀ ਸਾਰੇ ਦੇਹਤਾ ਹਨ। ਉਕਸਤਵਾ ਅਕਾਰੰ, ਹਾਂ ਉਹ ਅਸਤ
ਉਹ ਵਸਤੂਆ ਅਕਾਰਮ ਊੜੇ ਦੁਆਰਾ ਕਹਿੰਦੇ ਹੈ ਨਾ, ਉਹ ਜਿਹੜਾ ਅਕਾਰਾਂ ਤੋਂ ਰਹਿਤਾ ਵਿਸ਼ੇਸ਼ ਕਰਕੇ, ਆ ਵਿਸ਼ੇਸ਼ ਕਰਕੇ ਊੜੇ ਦੁਆਰਾ ਕਹਿੰਦੇ ਅਕਾਰਾਂ ਤੋਂ ਰਹਿਤ ਅਸਧਾਰਥ ਹੁੰਦਾ ਹੈ, ਜਾਂ ਉਹੀ ਓਂਕਾਰ ਰੂਪ ਅਸਤ ਕੀ ਹੈ, ਉਹੀ ਅਕਾਰਾਂ ਤੋਂ ਅਵਿਸ਼ੇਸ਼ ਕਰਕੇ ਰਹਿਤ ਹੈ। ਕਿਰਪਾਲੂ, ਓ ਕਿਰਪਾਲੂ, ਤੂੰ ਹੀ ਕਿਰਪਸ ਕੀ ਕਿਰਪਾ ਕਰਨ ਵਾਲਾ ਹੈ। ਖਿਤਸਤਵਾ ਅਖੰਡੰ, ਇਸੇ ਤਰ੍ਹਾਂ ਖਿਤਸਤਵਾ ਧਰਤੀ ਤੇ ਅਖੰਡ ਸਰੂਪ ਇੱਕੋ ਇੱਕ ਤੂੰ ਹੀ ਹੈ। ਗਤਸਤਵਾ ਅਗੰਡੰ, ਤੂੰ ਹੀ ਕਹਿੰਦੇ ਗਤਸਤਵਾ ਮੁਕਤੀ ਦੇਣ ਵਾਲਾ ਚੱਲਣ ਵਾਲਾ ਹੈ, ਤੇ ਅਗੰਡੰ ਗਿਣਤੀ ਤੋਂ ਰਹਿਤ ਹੈ। ਘਰਸਤਵਾ ਘਰਾਨੰ, ਹਾਂ ਘਰ ਵਾਲਿਆਂ ਵਿੱਚੋਂ ਘਰ ਰੂਬੀ ਤੂੰ ਹੀ। ਨਿਰਕਸਤਵਾ ਨਿਹਾਲੰ, ਹਾਂ ਇਸ ਤਰ੍ਹਾਂ ਗਿਣਤੀ ਵਾਲਿਆਂ ਵਿੱਚੋਂ ਗਿਣਤੀ ਤੋਂ ਰਹਿਤ ਵੀ ਤੂੰ ਹੀ। ਚਿਤਸਤਵਾ ਅਤਾਪੰ, ਇਸੇ ਤਰ੍ਹਾਂ ਚੇਤਨ ਚਿਤ ਰੂਬੀ ਤੂੰ ਹੀ, ਤਾਪਾਂ ਤੋਂ ਰਹਿਤ ਵੀ ਤੂੰ ਆ ਕੇ ਤੂੰ ਹੀ। ਚਿਤਸਤਵਾ ਅਛਾਪੰ, ਇਸੇ ਤਰ੍ਹਾਂ ਸਾਰੀ ਧਰਤੀ ਦੇ ਉੱਪਰ ਤੂੰ ਹੀ ਅਛਾਪੂ, ਕੀ ਛੁਪਿਆ ਹੋਇਆ ਨਹੀਂ ਪ੍ਰਗਟ ਪਰ ਤੱਕ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਪਰਮੇਸ਼ਰ ਅਕਾਲ ਪੁਰਖ ਦੀ ਜਿਹੜੀ ਮਹਿਮਾ ਵਡਿਆਈ, ਉਹਦਾ ਗਿਆਨ ਹੈ, ਵੇਖ ਲਓ ਕਿਹੋ ਜਿਹੇ ਲਫ਼ਜ਼ ਰੱਖ ਕੇ ਕੀਤੇ। ਪੜ੍ਹਨਾ ਵੀ ਔਖਾ ਇਹਦਾ ਤੇ ਅਰਥ ਕਰਨੇ ਵੀ ਬੜੇ ਔਖੇ ਜੇ ਨੇ। ਜਿੰਨਾ ਕੁ ਸਮਾਂ ਆਪਾਂ ਨੀਅਤ ਕੀਤਾ ਕਰੀਬ ਨੂੰ ਪੂਰਾ ਹੀ ਹੋ ਗਿਆ ਹੈ। ਅਗਲੀਆਂ ਪੌੜੀਆਂ ਦੀ ਜਿਹੜੀ ਕੱਲ ਨੂੰ ਆਪਾਂ ਵਿਚਾਰ ਕਰ ਲਵਾਂਗੇ, ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ ਜੀ। ਘਰਸਤਵਾ ਘਰਾਨੰ, ਨਿਰਕਸਤਵਾ ਨਿਰਹਾਲੰ, ਚਿਤਸਤਵਾ ਅਤਾਪੰ, ਚਿਤਸਤਵਾ ਅਛਾਪੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਥਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਵਟੇ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ,
ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਰੁਪਾਰੇ ਉਚਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਰੁਪਾਰੇ ਉਚਾਰਨ ਹਾਰ ਚੱਕਰ ਚਿਹਨ ਯਾਰ ਵਰਨ ਜਾਤ ਹਰ ਪਾਤ ਨਿਹਨ ਜਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਿਣਜੈ ਤਿਰਪਵਨ ਮਿਹੀਪ ਸੁਰ ਨਰ ਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾ ਵਰਣਤ ਸਮਤ ਹਸ ਕਿਰਪਾਨ ਖੰਡੋ ਖੜਗ ਤਵਕ ਤਵਰੀ ਹਰ ਤੀਰ ਸੈਫ ਸਰੋਹੀ ਸਹਿਥੀ ਜਹਿ ਹਮਾਰੇ ਪੀਰ ਤੀਰ ਤੁਹੀ ਸੈਥੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਚਿਹੀ ਤੁਹੀ ਤੇਗੀ ਆਰਤੀ ਤੁਹੀ ਨਿਸ਼ਾਨੀ ਜੀਤ ਗੀ ਆਜ ਤੁਹੀ ਜਗਵੀਰ ਕਰਗ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਰਹਿ ਲਿਹੂ ਭਾਰੀ ਸਰਬ ਠਾਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੂ ਬੁਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਲਾਇ ਪੂਰਨ ਕਰੋ ਗ੍ਰੰਥ ਇਹ ਤੁਮ ਕਰੋ ਸਹਾਇ
ਮੁਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀਓ ਜਿਤਸ ਤੁਆ ਅਜਾਪੰ ਚਿਕਸ ਤੁਆ ਅਚਾਪੰ ਨਿਰਕਸ ਤੁਆ ਅਡੇਕੰ ਟੁੱਟਸ ਤੁਆ ਅਟੇਟੰ ਜਿਤਸ ਤੁਆ ਅਜਾਪੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿਖੇ ਮਹਾਨ ਹੀ ਮਹਾਨ ਸੁੰਦਰ ਜੀ ਵਾਂਗ ਸਜਿਆ ਹੋਇਆ ਜਗੋ ਜੋ ਅਟਲ ਤੁਰਕੀ ਬਾਣੀ ਸੱਚ ਕੀ ਸਰੂਪ ਚਵਰ ਸ਼ਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਸੋਹਣਾ ਜਾਪ ਪਾਠ ਹੋਇਆ ਹੈ। ਗੁਰੂ ਕਰਗੀਧਰ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਆਪ ਜੀ ਨੇ ਜੋ ਗਿਆਨ ਸਰੂਪ ਵਾਹਿਗੁਰੂ ਹੈ ਉਹਦੇ ਵਿਸ਼ੇਸ਼ ਕਰਕੇ ਬੋਧ ਬਖਸ਼ਿਆ ਹੈ, ਵਿਸ਼ੇਸ਼ ਕਰਕੇ ਉਹਦਾ ਗਿਆਨ ਦਿੱਤਾ ਹੈ। ਉਹ ਗਿਆਨ ਪ੍ਰਬੋਧ ਰੂਪ ਜਿਹੜਾ ਗ੍ਰੰਥ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਹੀ ਬਾਣੀ ਰੂਪ ਵਿੱਚ ਹੀ ਰੱਖਿਆ ਹੈ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਇਸੇ ਤਰ੍ਹਾਂ ਅੱਖਰਾਂ ਦੁਆਰਾ ਵੀ ਉਹ ਵਾਹਿਗੁਰੂ ਐਸਾ ਹੈ ਮਹਾਨ, ਤੇ ਦੂਜੇ ਰੂਪ ਦੇ ਵਿੱਚ ਵੀ ਜਿਹੜੇ ਕੋਈ ਦੁਨੀਆਂ ਨੂੰ ਜਿੱਤਣ ਵਾਲੇ ਹੈ, ਕੋਈ ਰਥੀ ਸੂਰਵੀਰ ਹੁੰਦਾ ਹੈ, ਕੋਈ ਮਹਾਰਥੀ ਹੁੰਦਾ ਹੈ, ਕੋਈ ਅਤਰਥੀ ਹੁੰਦਾ ਹੈ, ਉਹਨਾਂ ਸਾਰਿਆਂ ਨੂੰ ਜੇ ਕੋਈ ਜਿੱਤਣ ਵਾਲਾ ਹੈ ਤਾਂ
ਕਿ ਪਰਮੇਸ਼ਰ ਇੱਕੋ ਇੱਕ ਤੂੰ ਹੈ। ਹਾਂ, ਪਰਮੇਸ਼ਰ ਨੂੰ ਨਹੀਂ ਕੋਈ ਜਿੱਤ ਸਕਦਾ ਹੈ, ਇਹ ਬਾਕੀ ਜਿੰਨੇ ਕੋਈ ਜਾਪ ਜਪਣ ਵਾਲੇ ਹੈ ਸਾਰਾ ਤੇਰੇ ਹੀ ਹੋ, ਜਾਪ ਜਪਦੇ ਤੂੰ ਹੀ ਜਪਣ ਯੋਗ ਹੈ, ਇਹ ਆਪ ਜਪਣੇ ਤੋਂ ਰਹੇ, ਤੂੰ ਨੀ ਕਿਸੇ ਦਾ ਜਾਪ ਜਪਦਾ ਹੈ, ਤੂੰ ਅਜਾਪ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਵੇਂ ਆਪਣੇ ਮੁੱਖ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਗਿਆਨ ਸਰੂਪ ਦਾ ਗਿਆਨ ਬਖਸ਼ਿਆ ਹੈ, ਇਹ 117ਵੀਂ ਪੌੜੀ ਦੇ ਵਿੱਚ ਪ੍ਰਾਰੰਭ ਹੋ ਰਿਹਾ। ਪਿੱਛੇ ਆਪਾਂ 116 ਪੌੜੀਆਂ 116 ਛੰਦੇ ਪੂਰਾ ਕਰ ਲਏ ਸੀ। ਅਗਲੇ ਛੰਦਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਕੀ ਕਹਿ ਰਹੇ ਆਪਣੇ ਆਪਣੇ ਸਤਿਕਾਰ ਸਹਿਤ ਮਨ ਦੀ ਇਕਾਗਰ ਸਾਹਿਬ ਸਹਿਤ ਸੁਣੀਏ ਜੀ। ਜਿਤ ਸਤਵਾ ਅਜਾਪੰ, ਇਹ ਪਰਮੇਸ਼ਰ ਜਿੱਤਣ ਵਾਲਾ ਫਤਿਹ ਕਰਨ ਵਾਲਾ ਇੱਕ ਤੋਂ ਹੀ ਹੈ, ਯਾਨੀ ਅਖੀਰ ਤੇ ਜੇਤੂ ਵਿਜਈ ਤੋਂ ਹੀ ਹੈ, ਬਾਕੀ ਤਾਂ ਅਖੀਰ ਨੂੰ ਹਾਰ ਹੰਭ ਜਾਂਦੇ, ਕਿਉਂਕਿ ਕਾਲ ਦੇ ਸਾਰੇ ਅਧੀਨ ਹੈ, ਕਾਲ ਸਾਰਿਆਂ ਨੂੰ ਜਿੱਤ ਜਾਂਦਾ। ਇਹ ਪਰਮੇਸ਼ਰ ਜਿਹੜਾ ਕਾਲ ਨੂੰ ਵੀ ਜਿੱਤਣ ਵਾਲਾ ਹੈ, ਉਹਨੂੰ ਵੀ ਫਤਿਹ ਕਰਨ ਵਾਲਾ, ਨੂੰ ਵੀ ਮਾਰ ਮੁਕਾ ਦੇਣ ਵਾਲਾ ਹੈ। ਇਸ ਕਰਕੇ ਇਹ ਪਰਮੇਸ਼ਰ ਜਿੱਤ ਸਤੋਹਾ, ਅਸਲ ਵਿੱਚ ਜੇਤੂ ਜਿੱਤਣ ਵਾਲਾ ਤੂੰ ਹੀ ਹੈ। ਫਿਰ ਤੂੰ ਪਰਮੇਸ਼ਰ ਆਪ ਜਾਪ ਜਪਣ ਤੋਂ ਰਹੇ ਤੈ, ਸਾਰੇ ਜਿਹੜੇ ਦੁਨੀਆਂ ਭਰ ਦੇ ਲੋਕ ਹੈ ਤੇਰੇ ਹੀ ਵਿਸ਼ੇਸ਼ ਕਰਕੇ ਆਜਾਪ ਜਪਦੇ ਨੇ, ਤੇਰੇ ਹੀ ਚਿੰਤਨ ਕਰਦੇ ਹਨ। ਚਿਕਸਤਵਾ ਅਚਾਪੰ, ਇੱਕੋ ਇੱਕ ਤੂੰ ਹੀ ਸਾਰਿਆਂ ਨੂੰ ਝਿੜਕਣ ਵਾਲਾ ਹੈ, ਤੇ ਆਪ ਤੂੰ ਅਚਾਪੋ ਹੈ, ਝਕਣ ਤੋਂ ਰਹਿ ਤੈ, ਤੈਨੂੰ ਨੀ ਕੋਈ ਚਾਪ ਝਿੜਕ ਸਕਦਾ ਹੈ, ਤੂੰ ਅਚਾਪ ਹੈ, ਝਿੜਕਣ ਤੋਂ ਰਹਿ ਤੈ। ਉਹ ਕੋਈ ਨਾ ਕੋਈ ਜਿਹੜਾ ਬਹੁਤ ਅਹੰਕਾਰ ਜੀ ਹੋ ਜਾਂਦਾ ਹੈ, ਫਿਰ ਪਰਮੇਸ਼ੁਰ ਝਿੜਕ ਵੀ ਦਿੰਦਾ ਹੈ। ਜਿਵੇਂ ਆ ਮਾਂ ਬੱਚੇ ਨੂੰ ਕਈ ਵਾਰੀ ਜਦੋਂ ਬਹੁਤ ਜਦ ਹਟ ਜਾ ਕਰੇ ਉਹ ਫਿਰ ਝਿੜਕ ਦਿੰਦੀ ਹੁੰਦੀ ਹੈ, ਖਾਈਆਂ ਕੱਢ ਕੇ ਉਹ ਲਫ਼ਜ਼ ਵੀ ਇਹੋ ਜਿਹੇ ਕਹਿ ਦਿੰਦੀ ਹੁੰਦੀ ਹੈ। ਫਿਰ ਇਸ ਤਰ੍ਹਾਂ ਮਹਾਰਾਜ ਜਦੋਂ ਨਾ ਹੀ ਠੀਕ ਆਵੇ ਨਾ ਹੀ ਸਮਝੇ, ਫਿਰ ਤੂੰ ਝਿੜਕਣ ਵਾਲਾ ਵੀ ਹੈ, ਗੁਰੂ ਸਰੂਪ ਦੇ ਵਿੱਚ ਝਿੜਕ ਦਿੰਦਾ ਹੈ, ਤੇ ਆਪ ਫਿਰ ਤੂੰ ਅਚਾਪੋਂ ਝਕਣ ਤੋਂ ਵੀ ਰਹਿ ਤੈ, ਤੂੰ ਝਕਦਾ ਨਹੀਂ ਸੰਗਦਾ ਨਹੀਂ ਹੈ, ਤੇ ਝਿੜਕਾਂ ਤੋਂ ਵੀ ਰਹਿ ਤੈ, ਤੈਨੂੰ ਨਹੀਂ ਕੋਈ ਝਿੜਕ ਸਕਦਾ ਹੈ,
ਤੈਨੂੰ ਨੀ ਕੋਈ ਬੁਰਾ ਭਲਾ ਕਰ, ਤੈਨੂੰ ਨੀ ਕੋਈ ਅਰਖਾ ਕੱਢ ਕੇ ਕੋਈ ਅਪਸ਼ਬਦ ਬੋਲ ਸਕਦਾ ਹੈ। ਅਨੇਕੰ ਅਨੇਕਾਂ ਵੇਕ ਯਕਸ਼ਤਵਾ ਇੱਕੋ ਇੱਕ ਤੋਂ ਹੋਈ ਹੈ। ਹਾਵ ਜਿਵੇਂ ਸੂਰਜ ਇੱਕੋ ਹੀ ਹੁੰਦਾ ਹੈ, ਕਦੇ ਅਨੇਕਾਂ ਹੁੰਦੇ ਹੈ। ਜਿਨ੍ਹਾਂ ਦੇ ਵਿੱਚ ਪਾਣੀ ਪਾਇਆ ਹੁੰਦਾ ਨਾ, ਕੜੇ ਭਰੇ ਹੁੰਦੇ, ਉਹਨਾਂ ਦੇ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੁੰਦਾ, ਅਕਸ਼ ਦਿਸਦਾ ਹੁੰਦਾ। ਤੇ ਉਹ ਭੁਲੇਖਾ ਤਾਂ ਇਹੀ ਪੈਂਦਾ ਵੀ ਇਸ ਘੜੇ ਚ ਵੀ ਸੂਰਜ ਹੈਗਾ, ਉਹ ਜਿਹੜਾ ਘੜਾ ਉਹਦੇ ਵਿੱਚ ਵੀ ਹੈ, ਹੁੰਦਾ ਇੱਕੋ ਹੀ ਹੈ। ਤੇ ਬਾਕੀ ਘੜਿਆਂ ਵਿੱਚ ਉਹਦੇ ਅਕਸ਼ ਹੈ, ਪ੍ਰਤੀਬਿੰਬ ਹੈ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਇੱਕੋ ਇੱਕ ਹੈ, ਉਹ ਜੀਵ ਆਤਮਾ ਵੀ ਇੱਕੋ ਹੀ ਹੈ। ਵਿਦਾਂਤੀ ਤਾਂ ਕਹਿੰਦੇ ਵੀ ਇਹ ਉਸੇ ਜੀਵ ਆਤਮਾ ਦੇ ਪ੍ਰਤੀ ਬਿੰਬ ਬਾਕੀਆਂ ਵਿੱਚ ਹੈ। ਜਿਵੇਂ ਸੂਰਜ ਹੈ, ਉਹ ਭੁਲੇਖਾ ਹੈ, ਉਹ ਪੈਂਦਾ ਹੈ ਪਿੱਛੇ, ਤੇ ਇੱਥੇ ਜੀਵ ਆਤਮਾ ਕੋਈ ਵੱਖਰਾ ਹੈ, ਇੱਥੇ ਜੀਵ ਆਤਮਾ ਕੋਈ ਵੱਖਰਾ ਹੈ, ਇੱਥੇ ਵੱਖਰਾ ਹੈ, ਉਹ ਇੱਕ ਹੀ ਹੈ ਸਾਰਿਆਂ ਦਾ। ਉਸੇ ਤੇ ਵਿੱਚ ਆਖੇ ਪੈ ਰਹੇ ਹੈ, ਭੁਲੇਖਾ ਪੈਂਦਾ ਹੈ। ਇਸ ਕਰਕੇ ਆਪ ਜੀ ਕਹਿੰਦੇ ਜੀ ਅਕਸ਼ਤਾ ਅਨੇਕਾਂ, ਅਨੇਕਾਂ ਵਿੱਚ ਇੱਕੋ ਇੱਕ ਤੋਂ ਜੀਵ ਆਤਮਾ ਰੂਪ ਹੈ। ਟੁੱਟਸਤਵਾ ਅਟੇਟੰ, ਹਾਂ ਇਸੇ ਤਰ੍ਹਾਂ ਟੁੱਟਸਤਵਾ ਅਟੇਟੰ, ਟੁੱਟਣ ਵਾਲਾ ਤੋਂ ਹੈ ਤੇ ਤੋੜ ਦੇਣ ਵਾਲਾ ਵੀ ਤੋਂ ਹੈ। ਅਟੇਟੋਂ ਟੈਂਟਿਆਂ ਤੋਂ ਵੀ ਤੂੰ ਰਹਿਤ ਹੈ। ਜਿਹੜੇ ਕੋਈ ਟੈਂਟੇ ਨੇ ਨਾ, ਕਹਿੰਦੇ ਮੇਰੇ ਪਏ ਬੜੇ ਟੈਂਟੇ, ਬੜੇ ਝਗੜੇ ਗਲ ਪਏ ਹੋਣ, ਜਾਂ ਕਈ ਵਾਰੀ ਅਸੀਂ ਕਹਿੰਦੇ ਫਲਾਨੇ ਨੇ ਐਵੇਂ ਫਲਾਨੀ ਉਹ ਟੈਂਟਾ ਪਾ ਲਿਆ, ਗੱਲ ਨੀ ਕੋਈ ਬਾਤ ਨੀ, ਐਵੇਂ ਰਗੜਾ ਝਗੜਾ ਪਾ ਕੇ ਬਹਿ ਗਿਆ ਹੈ। ਪਰਮੇਸ਼ਰ ਅਟੇਟਮ ਹੈ, ਉਹਦੇ ਨਾਲ ਨੀ ਕੋਈ ਟੈਂਟਾ ਰਗੜਾ ਝਗੜਾ ਪਾ ਕੇ ਬਹਿ ਸਕਦਾ ਹੈ। ਉਹ ਅਟੇਟ ਹੈ, ਅਟੰਕ ਵੀ ਹੈ, ਬਰਖਤ ਵੀ ਹੈ। ਠਟਸਤਵਾ ਅਠਾਟੰ, ਹਾਂ ਜਿੰਨੇ ਠਟਸਕੀਏ ਬਣਾਉਟ ਹੈ, ਉਹਨਾਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ ਤੇ ਆਪ ਅਠਾਟ ਹੈ। ਆ ਬਨੋਟ ਤੋਂ ਰਹਿ ਤੇ ਤੈਨੂੰ ਨੀ ਕਿਸੇ ਨੇ ਬਣਾਇਆ ਹੈ, ਤੈਨੂੰ ਨੀ ਕਿਸੇ ਨੇ ਠਾਟਿਆ ਠਟਿਆ ਹੈ, ਹੁਣ ਤੂੰ ਸਾਰਿਆਂ ਨੂੰ ਠਟਸਕੀ ਬਣਾਉਣ ਵਾਲਾ ਹੈ, ਸਾਰਿਆਂ ਦੀ ਬਣੋਤਾ ਬਣਾਉਣ ਵਾਲਾ ਹੈ, ਆਪ ਅਠਾਟ ਹੈ। ਡਟਸਤਵਾ ਅਡਾਟੰ, ਇਹ ਤੂੰ ਡਟਸਤਵਾ ਕਿ ਸਾਰਿਆਂ ਨੂੰ ਡਾਟਣ ਵਾਲਾ ਹੈ, ਆਪ ਤੂੰ ਅਡਾਟ ਹੈ, ਤੈਨੂੰ ਨੀ ਕੋਈ ਡਾਟ ਸਕਦਾ ਹੈ। ਜਿਵੇਂ ਆਪਾਂ ਇਹਨੂੰ ਤਾੜਦੇ ਹੁੰਦੇ, ਉਹ ਸਿਰਾ ਦੂਜਾ ਭਾਵ ਹੈ ਵੀ ਤਾੜਨਾ ਕਹੋ ਡਾਟਣਾ ਕਹੋ,
ਵੀ ਇਸ ਤਰ੍ਹਾਂ ਤੂੰ ਸਾਰਿਆਂ ਨੂੰ ਡਾਂਟਣ ਵਾਲਾ ਹੈ ਜਾਂ ਸਾਰਿਆਂ ਵੀ ਤੂੰ ਹੀ ਡਟਿਆ ਹੋਇਆ ਹੈ ਤੇ ਆਪ ਡਾਂਟ ਤੋਂ ਰਹਿ ਤੈ ਤੇਰੇ ਵਿੱਚ ਨੀ ਕੋਈ ਡਟਿਆ ਹੋਇਆ ਕਿਉਂਕਿ ਮੈਂ ਇਹਦੇ ਵਿੱਚ ਡਟਿਆ ਹੋਇਆ ਨਾ ਤੂੰ ਪਰਮੇਸ਼ਰ ਸਾਰਿਆਂ ਵੀ ਡਟਿਆ ਹੋਇਆ ਤੇ ਸਾਰਿਆਂ ਨੂੰ ਤੂੰ ਤਾੜਦਾ ਡਾਂਟਦਾ ਹੈ ਆਪ ਵਿਸ਼ੇਸ਼ ਕਰਕੇ ਡਾਂਟ ਤੋਂ ਟਾਣ ਤੋਂ ਡਟਣ ਤੋਂ ਤੂੰ ਰਹਿ ਟਟਾਪੰ ਤੂੰ ਸਾਰਿਆਂ ਨੂੰ ਢਾਉਣ ਵਾਲਾ ਹੈ ਟਟਸ ਆ ਜਿਹੜਾ ਟੱਟਾ ਇਹਦਾ ਵੀ ਆਸਰਾ ਤੂੰ ਹੀ ਹੈ ਉਹ ਆਪਣਾ ਆਪ ਹੋਣ ਕਰਕੇ ਨਾ ਸਾਰਿਆਂ ਟੱਟਿਆਂ ਦਾ ਆਸਰਾ ਉਹਨਾਂ ਵਿੱਚ ਉਹੀ ਬੈਠਾ ਹੈ ਇਹ ਟੱਟਿਆਂ ਦਾ ਆਸਰਾ ਵੀ ਤੂੰ ਹੈ ਤੇ ਬਾਕੀਆਂ ਨੂੰ ਟਾ ਲੈਣਾ ਤੇ ਆਪ ਅਟਾਪ ਆਪ ਨੀ ਟੈਂਦਾ ਹੈ ਭਾਰੇ ਟਹਿਟੇ ਟਹਿ ਪਏ ਬੁੜੇ ਬੁੜੇ ਬੜੇ ਭਾਰੇ ਉਹ ਟੈਂਦੇ ਟੈਂਦੇ ਟਹਿ ਪੈਂਦੇ ਡਿੱਗਦੇ ਡਿੱਗਦੇ ਡਿੱਗ ਪੈਂਦੇ ਹੈ ਬੜੇ ਬੜੇ ਮਲ ਵੀ ਢਹਿ ਪੈਂਦੇ ਪਰ ਪਰਮੇਸ਼ਰ ਨੂੰ ਨੀ ਕੋਈ ਢਾ ਸਕਦਾ ਹੈ ਕਿੰਨਾ ਤਕੜਾ ਕੋਈ ਬਣੇ ਫਿਰੇ ਉਹ ਅਟਾਪ ਹੈ ਆਪ ਟੈਂਦਾ ਨੀ ਟਹਿਣ ਤੋਂ ਰਹਿਤ ਹੈ ਹਾਂ ਇਸ ਤਰ੍ਹਾਂ ਪਰਮੇਸ਼ਰ ਤੂੰ ਸਾਰਿਆਂ ਨੂੰ ਨਕਸ਼ਤੁਆ ਕੀ ਨਾਪਣ ਵਾਲਾ ਹੈ ਮਾਪਣ ਵਾਲਾ ਹੈ ਸਾਰੇ ਪਰਮੇਸ਼ਰ ਨੇ ਮਾਪੇ ਹੋਏ ਆ ਮਿਣੇ ਪਏ ਆ ਨਾਪੇ ਪਏ ਆ ਵੀ ਇੰਨੇ ਹੈ ਤੇ ਆਪ ਅਣਾਪ ਹੈ ਆਪ ਨੀ ਮਾਪਿਆ ਜਾਂਦਾ ਵੀ ਉਹਨੂੰ ਕੋਈ ਮਿਲ ਕਹਿੰਦੇ ਵੀ ਪਰਮੇਸ਼ਰ ਨੂੰ ਕਹਿ ਦੇ ਵੀ ਪਰਮੇਸ਼ਰ ਇੰਨੀ ਕੁ ਮਿਣਤੀ ਦਾ ਇੰਨਾ ਕੁ ਲੰਮਾ ਹੈ ਇੰਨਾ ਕੁਚਾ ਇੰਨਾ ਕੁ ਚੜਾਈ ਚ ਹੈ ਵਿਸਤਾਰ ਵਿੱਚ ਹੈ ਵੀ ਆਪ ਤੋਂ ਨਾਪਣੇ ਤੋਂ ਰਹਿ ਤਾਂ ਸੂਖਮ ਰੂਪ ਹੋਣ ਕਰਕੇ ਦੂਜਿਆਂ ਨੂੰ ਸਾਰਿਆਂ ਨੂੰ ਤੋਂ ਨਾਪਣ ਵਾਲਾ ਮਾਪਣ ਵਾਲਾ ਹੈ ਤਪੱਸਿਆ ਕਰਨ ਵਾਲਾ ਵੀ ਤੂੰ ਹੀ ਹੈ ਤੇ ਸਾਰੇ ਤਾਪਾਂ ਤੋਂ ਰਹਿਤ ਵੀ ਤੂੰ ਹੀ ਹੈ ਇੰਨੇ ਕੋਈ ਤਰ੍ਹਾਂ ਦੇ ਤਾਪ ਨੇ ਬੁਖਾਰ ਨੇ ਇਹਨਾਂ ਤੋਂ ਰਹਿਤ ਜੇ ਕੋਈ ਹੈ ਤਾਂ ਪਰਮੇਸ਼ਰ ਹੈ ਬਾਕੀ ਤਾਂ ਤਾਪਾਂ ਦਾ ਤੇਰੇ ਕਹੇ ਹਾਂ ਇਸ ਤਰ੍ਹਾਂ ਦੇ ਵਿਦਵਾਨਾਂ ਨੂੰ ਕਹਿੰਦੇ ਜਿਹੜੇ ਕੋਈ ਕਥਾ ਕਰਨ ਵਾਲੇ ਹੁੰਦੇ ਆ ਵੀ ਉਹਨਾਂ ਨੂੰ ਸੱਤ ਤਾਪ ਚੜੇ ਹੁੰਦੇ ਆ ਵੀ ਦੂਜਿਆਂ ਨੂੰ ਤਾਂ ਤਿੰਨ ਹੁੰਦੇ ਇਹਨਾਂ ਨੂੰ ਚਾਰ ਹੋਰ ਹੁੰਦੇ ਵਾਧੂ ਹੁੰਦੇ ਉਹ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਕਥਾ ਕਰਨ ਲੱਗ ਜਾਂਦੇ ਉਹਦੇ ਚਾਰੇ ਤਾਪ ਉਹਨਾਂ ਦੇ ਲੈ ਜਾਂਦੇ ਉਹ ਪਰੇ ਹੋ ਜਾਂਦੇ ਮਹਾਰਾਜ ਗੁਰੂ ਕਹਿੰਦੇ ਜੋ ਮਹਾਰਾਜ ਤੁਸੀਂ ਕਹਾਉਣਾ ਹੈ ਉਹ ਯਥਾਰਥ ਰੂਪ ਵਿੱਚ ਕਿਰਪਾ ਕਰਕੇ ਕਹਾ ਲੈਣਾ ਜੇ ਆਤਮ ਕਰਾਏ ਤੇ ਆਹੋ ਕਰੀਬ ਖਿਆਨ ਕਹਿ ਕੇ ਤੇ ਉਹ ਤਾਪ ਲਾ ਲੈਂਦੇ ਇਹ ਜਿਹੋ ਜਿਹਾ ਮਹਾਰਾਜ ਤੁਸੀਂ ਵਿਖਿਆਨ ਕਰਾਓਗੇ ਉਹ ਜਿਹਾ ਮੈਂ ਵਿਖਿਆਨ ਕਰਾਂਗਾ ਕਿਉਂਕਿ ਕਈ ਵਾਰੀ ਹੁੰਦਾ ਵੀ ਐਸਾ ਪਹਿਲਾਂ ਤਾਂ ਆਪ ਹੁੰਦਾ ਹੈ ਜਿਹੜਾ ਮੈਂ ਸੰਗਤ ਵਿੱਚ ਜਾ ਕੇ ਕਹਿਣਾ ਹੈ ਕੰਠ ਕੀਤਾ ਉੱਥੇ ਜਾ ਕੇ ਕਿਤੇ ਭੁੱਲ ਹੀ ਨਾ ਜਾਏ
ਇਹ ਵੀ ਤਾਪ ਚੜਿਆ ਹੁੰਦਾ। ਇਹੋ ਜਿਹਾ ਕੁਛ ਕਹਿਣਾ ਉੱਥੇ ਜਾ ਕੇ ਭੁੱਲ ਭੁੱਲ ਗਿਆ, ਸਮਝ ਲਓ ਫਿਰ ਭੁੱਲੋ ਵੀ ਇਹ ਬੜਾ ਬਈ ਇੱਥੇ ਆ ਬਣਿਆ ਕਥਾ ਬਾਜ ਬਣ ਕੇ ਬਹਿ ਗਿਆ ਤੇ ਭੁੱਲਿਆ ਫਿਰ ਲੈ ਕੇ ਕਿੱਧਰ ਨੂੰ ਕਦੇ ਕਿੱਧਰ ਨੂੰ। ਇਸੇ ਤਰ੍ਹਾਂ ਕੋਈ ਇਹੋ ਜਿਹਾ ਆਪ ਲਫ਼ਜ਼ ਕਿਹਾ ਨਾ ਜਾਵੇ ਉਹਦੇ ਇਹ ਵੀ ਹੁੰਦਾ ਵੀ ਉਹ ਸਤਿਕਾਰ ਜੋਗੀ ਮਹਾਰਾਜ ਦੀ ਸ਼ਾਨ ਦੇ ਵਿੱਚ ਲਫ਼ਜ਼ ਕਹੇ ਜਾਣ ਕੇ ਇਹੋ ਜਿਹਾ ਲਫ਼ਜ਼ਾਂ ਵਿੱਚ ਮਿਲ ਗਏ ਜਿਸ ਕਰਕੇ ਲੋਕ ਪੈ ਜਾਣ। ਉਹ ਤੂੰ ਸਾਡੇ ਸਤਿਗੁਰਾਂ ਨੂੰ ਵੀ ਕਹਿੰਦਾ ਕੀ ਬੋਲਦਾ ਹੈ। ਇਹ ਇੱਕ ਹੁੰਦਾ ਹੈ ਵੀ ਇਹੋ ਜਿਹਾ ਲਫ਼ਜ਼ ਨਾ ਹੋ ਜਾਏ। ਫਿਰ ਜਿਹੜੇ ਕੋਈ ਦ੍ਰਿਸ਼ਟਾਂਤ ਪ੍ਰਮਾਣ ਹੈ ਕੋਈ ਸਾਖੀਆਂ ਸੁਖੀਆਂ ਵੀ ਉਹ ਨਾ ਭੁੱਲ ਜਾਣ। ਉਹ ਕਹਿੰਦਾ ਕਹਿੰਦਾ ਵੀ ਹੋਰ ਨਾ ਕੁਝ ਕਹਿ ਜਾਵਾਂ। ਇਹ ਵੀ ਇੱਕ ਤਾਪ ਹੈ ਵੀ ਪ੍ਰਕਰਨ ਤੋਂ ਬਾਹਰਾਂ ਨਾ ਮੈਂ ਚਲੀ ਜਾਵਾਂ। ਇੱਕ ਹੋਰ ਹੁੰਦਾ ਵੀ ਜਿਹੜਾ ਮੈਂ ਕੁਝ ਕਥਾ ਕਰਕੇ ਗਿਆ ਮੇਰੇ ਉਤਰਦੀ ਨਾ ਕੋਈ ਇਹੋ ਜਿਹਾ ਬੋਲ ਜਾਏ ਜਿਹਦਾ ਪ੍ਰਭਾਵ ਜ਼ਿਆਦਾ ਪੈ ਜਾਏ ਤੇ ਲੋਕਾਂ ਵੀ ਇਹ ਵਧੀਆ ਇਹ ਕੁਛ ਨਹੀਂ ਹੈਗਾ। ਇਹ ਵੀ ਤਾਪ ਹੈ ਜਿਹੜਾ ਗੁਰੂ ਪ੍ਰਾਣ ਹੋ ਕੇ ਕਹਿੰਦਾ ਕਹਾਂਦਾ ਹੋਰ ਇੱਥੇ ਨਹੀਂ। ਇਹ ਚਾਰ ਤਾਪਾਂ ਦਾ ਅਸਰ ਹੁੰਦਾ ਹੈ। ਇਸ ਕਰਕੇ ਤੂੰ ਮਹਾਰਾਜ ਜਿਹੜੇ ਸੱਤ ਤਰ੍ਹਾਂ ਦੇ ਕਥਾ ਕਰਨ ਵਾਲੇ ਨੂੰ ਤਾਪ ਚੜ੍ਹਦੇ ਇਹਨਾਂ ਤਾਪਾਂ ਤੋਂ ਤੂੰ ਰਹਿਤ ਕਰ ਦੇਣ ਵਾਲਾ ਹੈ। ਕਥਾ ਬਾਚਕ ਨੂੰ ਆਪਣੀ ਸ਼ਕਤੀ ਭਗਤੀ ਦੇ ਕੇ ਆਪਣੀ ਆ ਬਖਸ਼ਿਸ਼ ਕਰਕੇ ਇਉਂ ਤਪ ਕਰਨ ਵਾਲਾ ਵੀ ਤੂੰ ਤੇ ਤਪਣ ਤਪਾਉਣ ਵਾਲਾ ਵੀ ਤੂੰ ਹੀ। ਸਾਰੇ ਜਿਹੜੇ ਆ ਕੋਈ ਤਾਪ ਨੇ ਕੋਈ ਤੀਆ ਤਾਪ ਹੈ ਕੋਈ ਚੌਥਾ ਤਾਪ ਹੈ ਕੋਈ ਪੰਜਵਾਂ ਤਾਪ ਹੈ ਕੋਈ ਇੱਕ ਪਹਿਲਾ ਤਾਪ ਹੈ ਉਹ ਅੱਠ ਪਹਿਰਾ ਤਾਪ ਜਿਹੜੇ ਨੂੰ ਇੱਕ ਤਾਪ ਕਹਿੰਦੇ ਨੇ। ਅੱਠਾਂ ਪਹਿਰਾਂ ਵਿੱਚ ਉਸੇ ਸਮੇਂ ਉਹ ਤਾਪ ਚੜੂਗਾ। ਘੰਟਾ ਚੜੇ ਗਊ ਘੰਟੇ ਚੜੇ ਫਿਰ ਉਤਰ ਜਾਊ ਫਿਰ ਸਿਰ ਦਿਹਾੜੀ ਹੈ ਨਵਾਂ ਨਰੋਆ ਮਨੁੱਖ ਫਿਰੂਗਾ। ਹੋ ਇਸ ਤਰ੍ਹਾਂ ਹੈ ਜਿਹੜਾ ਦੂਜੇ ਦਿਨ ਚੜ੍ਹਦਾ ਹੈ ਉਹਨੂੰ ਦੂਜਾ ਤਾਪ ਕਹਿੰਦੇ। ਜਿਹੜਾ ਤੀਜੇ ਦਿਨ ਫਿਰ ਜਗਾਰਾ ਜਾ ਕੇ ਆ ਚੜੇ ਵੀ ਉਹ ਤੀਜਾ ਹੁੰਦਾ ਹੈ। ਇਸੇ ਤਰ੍ਹਾਂ ਇੱਕ ਚੌਥੇ ਦਿਨ ਵੀ ਤਾਪ ਚੜ੍ਹਦਾ ਉਹਨੂੰ ਚੌਥਾ ਤਾਪ ਕਹਿੰਦੇ ਨੇ। ਕੋਈ ਪੰਜਵੇਂ ਦਿਨ ਚੜ੍ਹਦਾ ਉਹਨੂੰ ਪੰਜਵਾਂ ਤਾਪ ਕਹਿੰਦੇ ਨੇ। ਉਹ ਜਿਹੜੇ ਵੈਦ ਹਕੀਮ ਹੈ ਜਦੋਂ ਉਹਨਾਂ ਨੂੰ ਕੋਈ ਮਰੀਜ਼ ਆ ਕੇ ਦੱਸਦਾ ਵੀ ਮੈਂ ਚੰਗਾ ਭਲਾ ਹੁੰਦਾ ਪੰਜ ਚਾਰ ਦਿਨ ਠੀਕ ਰਹਿੰਦਾ ਮੈਨੂੰ ਚੜ੍ਹਦੇ ਕਈ ਚੜ੍ਹ ਜਾਂਦਾ। ਜਦੋਂ ਕਹਿੰਦੇ ਵੀ ਤੂੰ ਦੇਖੀ ਵੀ ਕਿੰਨਵੇਂ ਦਿਨ ਤਾਪ ਚੜ੍ਹਦਾ ਹੈ ਵੀ ਚੌਥੇ ਦਿਨ ਚੜ੍ਹਦਾ ਕਿ ਪੰਜਵੇਂ ਦਿਨ ਚੜ੍ਹਦਾ ਕਿ ਛੇਵੇਂ ਦਿਨ ਚੜ੍ਹਦਾ ਹੈ। ਇਹਨਾਂ ਦੀ ਅੱਡੋ ਅੱਡ ਕਿਸਮ ਹੈ ਵੀ ਉਹ ਉਸੇ ਦਿਨ ਹੀ ਜਾ ਕੇ ਚੜੂਗਾ। ਇੱਕ ਹੁੰਦਾ ਬਰੀਕੀ ਤਾਪ ਵੀ ਉਹ ਅੰਦਰ ਮਾੜਾ ਮਾੜਾ ਚੜਿਆ ਹੀ ਰਹਿੰਦਾ। ਉਹ ਜਿਹਨੂੰ ਚੜਿਆ ਹੁੰਦਾ ਉਹਨੂੰ ਪਤਾ ਲੱਗਦਾ ਦੂਜਿਆਂ ਨੂੰ ਨਹੀਂ। ਉਹਦਾ ਕਹਿੰਦਾ ਜੀ ਨਬਜ਼ ਨੂੰ ਵੀ ਠੀਕ ਜੀ ਚੱਲਦੀ ਹੁੰਦੀ ਹੈ ਤੇ ਉਹ ਮਸ਼ੀਨ ਮਸ਼ੀਨ ਜਿੰਨੀ ਮਰਜ਼ੀ ਚੈੱਕ ਕਰਾਈ ਜੀ ਉਹਦੇ ਨਹੀਂ ਪਤਾ ਲੱਗਦਾ ਉਹਦਾ ਬਰੀਕੀ ਤਾਪ ਦਾ।
ਉਹ ਜਿਹੜੇ ਕੁਛ ਸਿਆਣੇ ਵੈਦ ਆ ਨਾ ਉਹ ਫਿਰ ਜਦੋਂ ਜਿਹੜੇ ਨਬਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਨਬਜ਼ ਤੋਂ ਪਛਾਣਦੇ ਆ ਵੀ ਹਾਂ ਤੈਨੂੰ ਬਰੀਕੀ ਤਾਪ ਹੈ ਅੰਦਰਲਾ ਤਾਪ ਹੈ ਫਿਰ ਉਹ ਕੋਈ ਬਿਰਲਾ ਬਿਰਲਾ ਹੀ ਵੈਦ ਉਹਦਾ ਇਲਾਜ ਕਰਦਾ ਵੀ ਇਸ ਤਰ੍ਹਾਂ ਦੇ ਜਿਹੜੇ ਕੋਈ ਬਰੀਕੀ ਤਾਪ ਹੈ ਪੱਟ ਪਹਿਰੇ ਤਾਪ ਹੈ ਦੂਏ ਦਿਨ ਚੜ੍ਹਨ ਵਾਲੇ ਤਾਪ ਹੈ ਤੀਜੇ ਤਾਪ ਹੈ ਚੌਥੇ ਤਾਪ ਹੈ ਪੰਜਵੇਂ ਛੇਵੇਂ ਦਿਨ ਚੜ੍ਹਨ ਵਾਲੇ ਤਾਪ ਹੈ ਇਹਨਾਂ ਸਾਰੇ ਤਾਪਾਂ ਬੁਖਾਰਾਂ ਤੋਂ ਤੂੰ ਅਤਾਪ ਹੈ ਇਹਨਾਂ ਤੋਂ ਰਹਿਤ ਹੈ ਪਰਮੇਸ਼ਰ ਥਪਸਤਵਾ ਅਥਾਪੰ ਇਹ ਸਾਰਿਆਂ ਨੂੰ ਥਾਪਣ ਵਾਲਾ ਤੂੰ ਹੀ ਹੈ ਆਪ ਅਥਾਪ ਹੈ ਤੈਨੂੰ ਨੀ ਕਿਸੇ ਨੇ ਗੱਡੀ ਤੇ ਥਾਪਿਆ ਹੈ ਬਾਕੀ ਸਾਰਿਆਂ ਨੂੰ ਗੱਡੀਆਂ ਤੇ ਥਾਪਣ ਵਾਲਾ ਬਿਠਾਉਣ ਵਾਲਾ ਤੇ ਲਾਉਣ ਵਾਲਾ ਤੂੰ ਹੀ ਹੈ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਸਾਨੂੰ ਬੈਠੇ ਸੀ ਸੈਂਟਰ ਚ ਥਾਪੇ ਹੋਏ ਸੀ ਹੁਣ ਲਾਹਤੇ ਪਰੇ ਫਿਰਦੇ ਹੋ ਉਹ ਥਾਪਦੇ ਨੇ ਹੋਰ ਬਿਠਾ ਤੇ ਜਿਹਨਾਂ ਨੂੰ ਸੁਪਨੇ ਚ ਵੀ ਨੀ ਆਇਆ ਸੀ ਵੀ ਸਾਨੂੰ ਥਾਪਿਆ ਨੂੰ ਕੋਈ ਥੱਲੇ ਲਾ ਦੂ ਹੁਣ ਤੁਹਾਡੇ ਅੰਦਰ ਹੀ ਵਰਤ ਕੇ ਨਾ ਵੋਟਾਂ ਤੁਰਦੇ ਪਾਸੇ ਪਵਾਤੀਆਂ ਜਿਹੜੇ ਕਹਿੰਦੇ ਅਸੀਂ ਤਾਂ ਜਿੱਤੇ ਹੀ ਪਏ ਹਾਂ ਸਾਡਾ ਤਾਂ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਮਾਮੀ ਚ ਨਾਨੀ ਚੇਤੇ ਖਿਲਾ ਦਿੱਤੀ ਉਹਨੇ ਪਰਮੇਸ਼ਰ ਨੇ ਉਹ ਪਰਮੇਸ਼ਰ ਤੂੰ ਸਾਰਿਆਂ ਨੂੰ ਥਾਪਣ ਵਾਲਾ ਹੈ ਕਿਸੇ ਮਰਜ਼ੀ ਥਾਪ ਦੇ ਰਾਜਾ ਬਣਾ ਦੇ ਮਹਾਰਾਜਾ ਮਹਾਰਾਜਾ ਦਾ ਮਹਾਰਾਜਾ ਬਣਾ ਦੇ ਤੂੰ ਇਸ ਕਰਕੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਨਿਰੰਜਨ ਸੋਏ ਆਪ ਥਾਪ ਹੈ ਉਹਨੂੰ ਨੀ ਕੋਈ ਥਾਪਣ ਵਾਲਾ ਹੈ ਸਵਸਤਵਾਦ ਦੁੱਖ ਆ ਜਿਹੜੇ ਕੋਈ ਦੁੱਖ ਹਨ ਇਹ ਦੁੱਖਾਂ ਤੋਂ ਰਹਿਤ ਹੈ ਇਹਨਾਂ ਦੁੱਖਾਂ ਨੂੰ ਤੂੰ ਦਲਸਤ ਵਾ ਤੂੰ ਹੀ ਦਲਣ ਵਾਲਾ ਹੈ ਪਹਿਲੇ ਤੋਂ ਹੀ ਜਿੰਨੇ ਤਰ੍ਹਾਂ ਤਰ੍ਹਾਂ ਦੇ ਦੁੱਖ ਆਦਿਕ ਹਨ ਦਵਸਤ ਆਦਿ ਵਿੱਚ ਆਦ ਤੋਂ ਹੀ ਪਹਿਲਾਂ ਤੋਂ ਹੀ ਜਿਹੜੇ ਕੋਈ ਦੁੱਖ ਹਨ ਗੁਨਾਹ ਹਨ ਜਾਂ ਹਰ ਵਿਆਹ ਲੋਪਾਲ ਆਦਿਕ ਹਨ ਇਹ ਸਾਰਿਆਂ ਨੂੰ ਤੂੰ ਦਲ ਦੇਣ ਵਾਲਾ ਹੈ ਨਹਿਸਤਵਾ ਅਨੋਖ ਇਹ ਪਰਮੇਸ਼ਰ ਤੇਰੇ ਵਰਗਾ ਕੋਈ ਅਨੋਖਾ ਹੀ ਨਹੀਂ ਹੈ ਜਿਹੋ ਜਿਹਾ ਤੂੰ ਅਨੋਖਾ ਹੈ ਜਿਵੇਂ ਕਹਿੰਦੇ ਇਹ ਤਾਂ ਵੀ ਅਨੋਖਾ ਹੀ ਹੈ ਇਹਦੇ ਵਰਗਾ ਨੀ ਕੋਈ ਹੈਗਾ ਹੈ ਇਹ ਸਾਰਿਆਂ ਤੋਂ ਵੱਖਰਾ ਹੈ ਇਉਂ ਪਰਮੇਸ਼ਰ ਤੇਰੇ ਵਰਗਾ ਕੋਈ ਅਨੋਖਾ ਨੀ ਤੇਰੇ ਵਰਗਾ ਹੋਰ ਕੋਈ ਸੁੰਦਰ ਸੁਨੱਖਾ ਹੈ ਹੀ ਨਹੀਂ ਹੈ ਅਪਕਤਵਾ ਅਪਾਨੰ ਹਾਂ ਅਪਕਤਵਾ ਅਪਾਨੰ ਵਿਸ਼ੇਸ਼ ਕਰਕੇ ਤੂੰ ਆਪਣੀ ਦਲੀਲ ਵਿੱਚ ਪੱਕਾ ਹੈ ਯਾਨੀ ਆਪਣੀ ਦਲੀਲ ਉਹਦੇ ਵਿੱਚ ਤੂੰ ਪੱਕਾ ਹੈ ਇਹ ਨਵੀ ਜੋ ਦਲੀਲ ਦੇਵੇ ਤੇ ਫਿਰ ਉਹ ਦਲੀਲ ਤੋਂ ਇੱਧਰ ਉੱਧਰ ਹੋ ਜੇ ਕਈ ਵਾਰੀ ਹੁੰਦਾ ਵੀ ਤੂੰ ਇਹੋ ਜਿਹੇ ਦ੍ਰਿਸ਼ਟਾਂਤ ਪ੍ਰਮਾਣ ਇਹੋ ਜਿਹੀਆਂ ਦਲੀਲਾਂ ਦਿੰਦਾ ਹੁਣ ਤੇਰੀਆਂ ਕਿੱਧਰ ਗਈਆਂ ਉਹ ਦਲੀਲਾਂ ਹੁਣ ਤੂੰ ਕੀ ਕਰਨਾ
ਲੋਕਾਂ ਨੂੰ ਦਲੀਲਾਂ ਦੇ ਕੇ ਸਮਝਾਉਣਾ ਸੀ ਐਸੇ ਨਾ ਕਰੋ ਐਸੇ ਨਾ ਕਰੋ, ਤੇਰੀਆਂ ਦਲੀਲਾਂ ਕਿੱਧਰ ਗਈਆਂ ਹੋਏ? ਨਾ ਤੂੰ ਵਿਸ਼ੇਸ਼ ਕਰਕੇ ਆਪਣੀ ਦਲੀਲ ਚ ਪੱਕਾ ਹੈ, ਜੋ ਦਲੀਲ ਦੇ ਕੇ ਕਹਿਣਾ ਉਹਦੇ ਤੇ ਤੂੰ ਚੱਲਦਾ ਵੀ ਹੈ ਤੇ ਚਲਾਉਣਾ ਵੀ ਹੈ, ਐਸਾ ਤੂੰ ਦਲੀਲ ਦਾ ਪੱਕਾ ਹੈ ਪਰਮੇਸ਼ਰ ਤੇ ਅਪਾਨਾ ਤੂੰ ਸਭ ਦਾ ਆਪਣਾ ਆਪਾ ਹੈ। ਆਪਾਂ ਨੂੰ ਪੀਣੇ ਤੋਂ ਰਹਿਤ ਹੈ, ਜਿਵੇਂ ਅਸੀਂ ਕੋਈ ਆ ਪੀ ਪੂ ਲੈਂਦੇ ਹਾਂ, ਅੰਦਰ ਲੰਘਾ ਲੈਂਦੇ, ਨਿਗਲ ਲੈਂਦੇ ਹਾਂ, ਇਸ ਤਰ੍ਹਾਂ ਪਰਮੇਸ਼ਰ ਨੂੰ ਕੋਈ ਨਿਗਲ ਨਹੀਂ ਸਕਦਾ, ਪੀ ਨਹੀਂ ਸਕਦਾ ਹੈ। ਪੀਣੇ ਤੋਂ ਰਹਿਤ ਹੈ, ਫਲਕ ਤੋਂ ਆਫਲਾਨ ਫਲ ਰੂ ਵੀ ਤੂੰ ਹੀ ਹੈ, ਫਲਾਂ ਦੇ ਵਿੱਚ ਆਇਆ ਹੋਇਆ ਵੀ ਤੂੰ ਹੀ ਹੈ। ਬਦਕ ਤੋਂ ਅਭਿਸ਼ੇਖ ਬਦਕ ਨੂੰ ਕਥਨ ਦਾ ਹੁੰਦਾ, ਕਥਨ ਕਰਨ ਵਾਲਾ ਵਿਆਖਿਆਕਾਰ ਵੀ ਤੂੰ ਹੀ ਹੈ, ਵਿਸ਼ੇਸ਼ ਕਰਕੇ ਵੱਡਾ ਕਥਨ ਕਰਨ ਵਾਲਾ ਵਿਆਖਿਆਕਾਰ ਤੂੰ ਹੀ ਹੈ ਗੁਰੂ ਸਰੂਪ ਦੇ ਵਿੱਚ। ਗੁਰੂ ਕਲਗੀਧਰ ਪਾਤਸ਼ਾਹ ਰੂਪ ਹੋ ਕੇ ਪਰਮੇਸ਼ਰ ਨੇ ਆ ਵਿਆਖਿਆ ਕੀਤੀ ਹੈ, ਅਰੇ ਅਰਥ ਕਰਨੇ ਹੀ ਔਖੇ ਪਏ ਹੋਏ ਪਏ ਹੈ, ਇੰਨਾ ਕੁਛ ਡੂੰਘਾ ਕਥਨ ਕੀਤਾ ਹੈ। ਕਥਨ ਕਰਨ ਵਾਲਿਆਂ ਵਿੱਚੋਂ ਤੂੰ ਹੀ ਮਾਰਾ ਅਭਿਸ਼ੇਕ ਉੱਡਾ ਹੈ, ਕਸਾਬਾ ਚ ਕਹਿ ਵਿਆਖਿਆਕਾਰ ਹੈ। ਭਜਸ ਤੋਂ ਅਪੇਖਾਂ ਵਿਸ਼ੇਸ਼ ਕਰਕੇ ਤੁਸੀਂ ਮਹਾਰਾਜ ਜਿਹੜੇ ਕੋਈ ਪੇਖ ਇਹਨਾਂ ਤੋਂ ਰਹੇ ਤਾਂ ਤੈਨੂੰ ਜਿਹਨੇ ਵਿਸ਼ੇਸ਼ ਕਰਕੇ ਪੇਖਾਂ ਵਾਲੇ ਹੈ ਭਜਸ ਕੀ ਇਹ ਭਜਦੇ ਹਨ ਤੈਨੂੰ ਜਪਦੇ ਹਨ। ਮਤਸ ਤੋਂ ਫਲਾਨੂੰ ਮਤਸ ਆ ਜਿਹੜੀ ਕੋਈ ਬੁੱਧੀ ਹੈ ਇਹ ਵੀ ਤੂੰ ਹੀ ਰੂਪ ਹੈ, ਇਸੇ ਤਰ੍ਹਾਂ ਬੁੱਧੀ ਨੂੰ ਫਲਾਉਣ ਵਾਲਾ ਵੀ ਤੂੰ ਹੀ ਹੈ ਫਲਾਨਾ। ਮਤਸਵਾ ਫਲਾਨੋ ਬੁੱਧੀ ਨੂੰ ਹਰ ਪਾਸੇ ਫਲਾਉਣ ਵਾਲਾ, ਤਰ੍ਹਾਂ ਤਰ੍ਹਾਂ ਦੇ ਬੁੱਧੀ ਰਾਹੀਂ ਨਿਰਣੇ ਕਰਨ ਵਾਲਾ ਵੀ ਤੂੰ ਹੀ ਹੈ। ਹਰ ਤੋਆ ਹਿਰਦਾਨ ਹਰ ਇੱਕ ਦੇ ਹਿਰਦੇ ਵਿੱਚ ਇਹ ਪਰਮੇਸ਼ਰ ਇੱਕੋ ਇੱਕ ਤੂੰ ਹੀ ਆਇਆ ਹੋਇਆ, ਸਾਰਿਆਂ ਦੇ ਹਿਰਦਾ ਵਿੱਚ ਤੂੰ ਹੀ ਆਸਣ ਲਾਈ ਬੈਠਾ ਹੈ। ਅੜ ਤੋਆ ਅੜੰਗ ਅੜਨ ਵਾਲਿਆਂ ਵਿੱਚ ਇੱਕ ਤੂੰ ਹੀ ਅੜਿਆ ਹੋਇਆ, ਅੜਨ ਵਾਲਿਆਂ ਨਾਲ ਤੂੰ ਹੀ ਇੱਕ ਅੜਦਾ ਹੈ, ਜਿਨ੍ਹਾਂ ਨਾਲ ਕੋਈ ਅੜ ਨਹੀਂ ਨਾ ਸਕਦਾ ਉਹਨਾਂ ਨਾਲ ਤੂੰ ਅੜ ਪੈਂਦਾ। ਔਰੰਗਜ਼ੇਬ ਸ਼ਾਹਜਹਾਂ ਕਹਿੰਦੇ ਸੀ ਸਾਡੇ ਨਾਲ ਕੌਣ ਅੜ ਸਕਦਾ, ਗੁਰੂ ਕਲਗੀਧਰ ਰੂਪ ਹੋ ਕੇ ਉਹ ਜਿਹੜੇ ਕਹਿੰਦੇ ਸੀ ਨਹੀਂ ਅੜ ਸਕਦਾ ਉਹਨਾਂ ਨਾਲ ਅੜ ਪਏ ਤੇ ਡਾਟ ਕੁਹਾਟਾ ਉਹਨਾਂ ਦਾ ਆਖਰੀ ਕਹਿ ਦਿੱਤਾ ਵੀ ਇਹ ਜਿੱਧਰ ਮਰਜ਼ੀ ਫਿਰ ਜੇ ਇਹਨਾਂ ਨੂੰ ਕੁਝ ਨਹੀਂ ਕਹਿਣਾ।
ਅੰਨ ਵਾਲਿਆਂ ਵਿੱਚ ਇੱਕ ਤੂੰ ਹੀ ਅੜਿਆ ਹੋਇਆ ਅੰਨ ਵਾਲਾ ਵੀ ਹੈ। ਤ੍ਰਿਕਸਤਵਾ ਤ੍ਰਿਭੰਗੰ ਤਿੰਨ ਰੂਪ ਵੀ ਤੂੰ ਹੀ ਹੈ, ਆ ਬ੍ਰਹਮਾ ਵਿਸ਼ਨੂੰ ਸ਼ਿਵ ਰੂਪ ਜਾਂ ਰਜੋ ਤਮੋ ਸਿਤੋ ਆਦਿਕ ਤੇ ਤ੍ਰਿਭੰਗ, ਤਿੰਨਾਂ ਨੂੰ ਨਾਸ ਕਰਨ ਵਾਲਾ ਵੀ ਤੂੰ ਹੀ ਹੈ। ਤ੍ਰਿਕ ਇਸਤਰੀ ਦਾ ਈਸ਼ਰ ਹੋ ਕੇ ਕ੍ਰਿਸ਼ਨ ਰੂਪ ਹੋ ਕੇ ਇਹਨਾਂ ਦੀ ਜਿਹੜੀ ਇੱਛਾ ਹੈ ਉਹਨੂੰ ਤੂੰ ਹੀ ਪੂਰਨ ਕਰਨ ਵਾਲਾ ਤੇ ਤੂੰ ਹੀ ਤਿੰਨਾਂ ਨੂੰ ਨਾਸ ਕਰਨ ਵਾਲਾ ਹੈ। ਰੰਗਸਤਵਾ ਅਰੰਗੰ ਸਾਰੇ ਰੰਗਾਂ ਵਿੱਚ ਤੂੰ ਹੀ ਹੈ, ਆਪ ਰੰਗਾਂ ਤੋਂ ਰਹਿਤ ਹੈ। ਲਵਸਤਵਾ ਅਲੰਗੰ ਸਾਰਿਆਂ ਦਾ ਲਵਸ ਕੀ ਹੈ, ਤੂੰ ਪਿਆਰਾ ਹੈ ਤੇ ਆਪ ਜਾਂ ਸਾਰਿਆਂ ਨਾਲ ਤੂੰ ਲਵਸ ਕੀ ਹੈ ਲੱਗਿਆ ਹੋਇਆ ਆਪਣਾ ਆਪ ਹੋ ਕਰਕੇ ਤੇ ਸਾਰਿਆਂ ਤੋਂ ਤੂੰ ਅਲੰਗੋ ਕਿ ਅਲੱਗ ਹੈ, ਨਿਰਲੇਪ ਹੈ, ਅਸੰਗ ਹੈ। ਜਾਂ ਇਸੇ ਤਰ੍ਹਾਂ ਲਵਸਵਾ ਤੋਂ ਜਿਹੜੇ ਤੇਰੇ ਨਾਲ ਲੱਗੇ ਹੋਏ ਉਹਨਾਂ ਨਾਲ ਤੂੰ ਲੱਗਿਆ ਹੋਇਆ, ਜਿਹੜੇ ਤੇਰੇ ਨਾਲ ਜੁੜੇ ਉਹਨਾਂ ਨਾਲ ਤੂੰ ਜੁੜਿਆ ਹੋਇਆ। ਜਾਂ ਲਵਸਵਾ ਅਲੰਗਮ ਤੂੰ ਸਭ ਦਾ ਪਿਆਰਾ ਹੈ ਤੇ ਆਪ ਅਲੰਗ ਹੈ, ਅਸੰਗ ਹੈ। ਯਕਸਤਵਾ ਯਕਾਪੰ ਹੁਣ ਵੀ ਮਾਰਾ ਯੁਗਸਤੂ ਅਜ ਕਾਬੂ, ਇੱਕੋ ਇੱਕ ਤੁਆ ਕੋਈ ਇਹ ਤੋਂ ਹੀ ਹੁਣ ਹੈਗਾ ਹੈ। ਇੱਕ ਸਵਾ ਇਕਾਪੰ ਆਉਣ ਵਾਲੇ ਸਮੇਂ ਵਿੱਚ ਵੀ ਇੱਕੋ ਇੱਕ ਤੋਂ ਹੀ ਹੋਵੇਗਾ। ਆ ਇਸ ਤਰ੍ਹਾਂ ਇੱਕ ਅਕਾਪੂ ਤੁਆ ਯੁਗਸਤ ਜਕਾਪੂ ਤੁਆ, ਹੁਣ ਵੀ ਇੱਕੋ ਇੱਕ ਤੁਆ ਤੂੰ ਹੀ ਹੈ। ਜਕਸ ਕਹੋ ਜਕ ਕਹੋ ਇੱਕ ਕਹੋ, ਜਾਂ ਕਰਜ ਗੁਸਤਾ ਪੇਸ਼ ਤੋਂ ਹੀ ਭਾਵ ਹੈ। ਜਕਰਾਰ ਤੁਸੀਂ ਕੈਸੇ ਤਾਂ ਇੱਥੇ ਜਗਸ ਤੋਂ ਆ ਕੇ ਤੇ ਜਕਾਪੋ, ਇੱਕੋ ਇੱਕ ਹੁਣ ਵੀ ਤੂੰ ਹੀ ਹੈ, ਪਿੱਛੇ ਵੀ ਤੂੰ ਹੀ ਸੀ। ਇੱਕ ਸਵਾ ਕਾਪੋਣ ਵਾਲੇ ਸਮੇਂ, ਇੱਕ ਸਮੇਂ ਵਿੱਚ ਇੱਕ ਇੱਕ ਤੂੰ ਹੀ ਹੋਵੇਗਾ। ਵਦਸਤਵਾ ਵਰਦਾਨ ਇਸੇ ਤਰ੍ਹਾਂ ਵਦਸਤਵਾ ਵਰਦਾਨ ਜਿਹੜੇ ਜਿਹੜੇ ਵਰ ਇਹਨਾਂ ਨੂੰ ਦੇਣ ਵਾਲਾ ਕਥਨ ਕਰਨ ਵਾਲਾ ਵੀ ਤੂੰ ਹੀ, ਵਰ ਦੇਣ ਵਾਲਾ ਵੀ ਤੂੰ ਹੀ, ਇਸ ਤਰ੍ਹਾਂ ਵਰੂ ਵੀ ਤੂੰ ਹੀ। ਯਕਸਤਵਾ ਇਕਾਨ ਹਾਂ ਇੱਕੋ ਇੱਕ ਤੂੰ ਹੀ ਤੂੰ ਹੀ ਹੈ। ਲਵਸਤਵਾ ਅਲੇਖੰ ਇਸੇ ਤਰ੍ਹਾਂ ਤੂੰ ਹੀ ਲਵਸ ਕੀ ਹੈ, ਪਿਆਰਾ ਹੈ ਸਭ ਦਾ, ਲੱਗਿਆ ਹੋਇਆ ਲਿਖਿਆ ਜੋਖਿਆ ਤੋਂ ਤੂੰ ਰਹਿਤ ਹੈ। ਰਸਤਵਾ ਅਰੇਖੰ ਤੇ ਸਾਰਿਆਂ ਦੇ ਰਸਤ ਕੀ ਉਚਾਰਨ ਯੋਗ ਹੈ, ਰਣ ਯੋਗ ਹੈ, ਕਥਨ ਕਰਨ ਯੋਗ ਹੈ। ਰੇਖਾ ਤੋਂ ਰਹਿਤ ਹੈ, ਰੇਖਾ ਤੋਂ ਰਹਿਤ ਹੈ ਸਾਰਿਆਂ ਨੂੰ ਤੂੰ, ਉਹ ਦੱਸਣ ਵਾਲਾ ਹੈ, ਕਥਨ ਕਰਨ ਵਾਲਾ, ਕਹਿਣ ਵਾਲਾ ਹੈ। ਤ੍ਰਿਕਸਤਵਾ ਤ੍ਰਿਭੰਗੇ ਤ੍ਰਿਕਸਤਵਾ ਤਿੰਨਾਂ ਲੋਕਾਂ ਵਿੱਚ ਤੂੰ ਹੀ ਹੈ, ਤਿੰਨਾਂ ਲੋਕਾਂ ਦੇ ਜੀਵਾਂ ਨੂੰ ਤੂੰ ਹੀ ਭੰਗੇ ਤੋੜਨ ਵਾਲਾ, ਨਾਸ਼ ਕਰਨ ਵਾਲਾ ਹੈ।
ਹਰਸਤਵਾ ਹਰੰਗੇ। ਹਾਂ, ਇਸ ਤਰ੍ਹਾਂ ਹਰੇ ਭਰੇ ਕਰਨ ਵਾਲਾ ਵੀ ਤੂੰ ਹੀ ਹੈ, ਇਸ ਤਰ੍ਹਾਂ ਹਰ ਰੰਗ ਵਿੱਚ ਆਇਆ ਵੀ ਤੂੰ ਹੀ ਹੈ। ਮਹਿਸਤਵਾ ਮਹੇਸ਼ੰ। ਹਾਂ, ਮਹਿਸਤਵਾ ਧਰਤੀ ਦਾ ਈਸ਼ਰ ਵੀ ਤੂੰ ਹੀ, ਮਹਿਨ ਧਰਤੀ ਦਾ, ਇਸ ਧਰਤੀ ਦਾ ਈਸ਼, ਧਰਤੀ ਦਾ ਮਾਲਕ ਵੀ ਤੂੰ ਹੀ। ਮਹੇਸ਼ੰ ਹੋ ਸ਼ਿਵ ਰੂਪ ਵੀ ਤੂੰ ਹੀ। ਹਾਂ, ਇਸ ਤਰ੍ਹਾਂ ਜਾਂ ਮਹੇਸ਼ਾਂ ਦਾ ਮਹੇਸ਼, ਸ਼ਿਵਾਂ ਦਾ ਸ਼ਿਵ, ਸਾਰੇ ਮਹੇਸ਼ਾਂ ਦਾ ਵੱਡਾ ਮਹੇਸ਼ ਤੂੰ ਹੀ ਹੈ। ਮਹਾਂਸ਼ਿਵ ਰੂਪ ਸਦਾ ਕਲਿਆਣ ਸਰੂਪ। ਭਜਸਤਵਾ ਅਭੇਸੰ। ਹਾਂ, ਭਜਸਤਵਾ ਭਜਨ ਕਰਨ ਯੋਗ, ਜਪਣ ਯੋਗ ਤੂੰ ਹੀ ਹੈ, ਸਾਰੇ ਭੇਸਾਂ ਤੋਂ ਰਹਿਤ ਤੂੰ ਹੀ ਹੈ। ਬਰਸਤਵਾ ਬਰਾਨੂ। ਇਸ ਤਰ੍ਹਾਂ ਬਰਸਤਵਾ ਬਰਾਨੂ, ਬਰਨੋ ਸ੍ਰੇਸ਼ਟ ਹੈ, ਤੂੰ ਹੀ ਸ੍ਰੇਸ਼ਟ ਹੈ। ਤੇ ਬਰਾਨੂ ਕੀ ਇਹ ਵਰਣਨ ਕੀਤਾ ਜਾਂਦਾ, ਤੂੰ ਹੀ ਇੱਕ ਸ੍ਰੇਸ਼ਟ ਵਰਣਨ ਕੀਤਾ ਜਾਂਦਾ ਹੈ, ਜਾਂ ਬਰਸ ਬਰਸ ਬਰਾਨੂ। ਹਾਂ, ਬਾਰ ਬਾਰ ਆਨੂ ਤੁਆ ਵੀ ਤੂੰ ਹੀ ਸ੍ਰੇਸ਼ਟ ਤੋਂ ਸ੍ਰੇਸ਼ਟ ਆਨੂ ਕੀ ਇਹ ਮੁੱਖ ਵਾਲਾ ਹੈ। ਆਨੂ ਮੁੱਖ ਦਾ ਲੈ ਹਿਸਾਨਵੇਂ, ਬਰ ਬਰ ਆਨੂ ਸੁਆ ਤੁਆ, ਸ੍ਰੇਸ਼ਟ ਸ੍ਰੇਸ਼ਟ ਮੁੱਖ ਵਾਲਾ ਇੱਕ ਤੂੰ ਹੀ ਹੈ। ਪਲਸ ਤੋਂ ਆਪ ਫਲਾਨ। ਪਲਸ ਤੋਂ ਆ ਪਲਸਤਵਾ ਫਲਾਨ। ਹਾਂ, ਫਲਾਨੂ ਫਲਾਨੂ ਸ਼ੁੱਧ ਹੈ, ਇੱਥੇ ਫਲਾਨੂ ਪੱਪੇ ਨਾਲ ਛਪਿਆ ਹੋਇਆ ਫਾਰਸੀ, ਇਹਨੂੰ ਫਲਾਨੂ ਕੀਤਾ ਹੋਇਆ ਤੇ ਨਾਲ ਦਿੱਤਾ ਵੀ ਫਲਾਨੂ ਪਾਠ ਸ਼ੁੱਧ ਹੈ, ਫਲਾਨੂ ਨਹੀਂ ਹੈ। ਪਲਸਤਵਾ ਫਲਾਨ, ਇੱਕ ਪਲ ਦੇ ਵਿੱਚ ਵੀ ਸਾਰੇ ਤੂੰ ਫਲ ਦੇਣ ਵਾਲਾ ਹੈ, ਜਿਹੋ ਜਿਹੇ ਮਰਜ਼ੀ ਫਲ ਦੇਵੇ, ਇੱਕ ਪਲ ਵਿੱਚ ਤੂੰ ਫਲ ਦੇ ਦਿੰਦਾ। ਉਹ ਜਿਵੇਂ ਮਾੜਾ ਜਿਹਾ ਉਹ ਬੱਚੇ ਨੇ ਮਹਾਰਾਜ ਦਾ ਸਤਿਕਾਰ ਕੀਤਾ ਸੀ ਤੇ ਇੱਕ ਪਲ ਵਿੱਚ ਹੀ ਫਲਾ ਸਾਰਾ ਫਲ ਦੇ ਤੇ, ਨਾਲੇ ਘਰ ਦੀ ਗਰੀਬੀ ਵੜਤੀ, ਨਾਲੇ ਰਾਜਾ ਮਹਾਰਾਜਾ ਬਣਾ ਕੇ ਰੱਖਤਾ। ਇੱਕ ਪਲ ਦੇ ਵਿੱਚ ਹੀ ਤੂੰ ਮਹਾਰਾਜ ਸਾਰੇ ਫਲ ਦੇਣ ਵਾਲਾ, ਰਾਜ ਗੱਦੀਆਂ ਤੇ ਤੂੰ ਬਿਠਾ ਦੇਣ ਵਾਲਾ ਹੈ। ਨਰਸਤਵਾ ਨਰੇਸ਼ੰ। ਹਾਂ, ਜਿੰਨੇ ਨਰ ਹਨ ਉਹ ਵੀ ਤੂੰ ਹੈ, ਇਹਨਾਂ ਨਰਾਂ ਦਾ ਨਰੇਸ਼ੰ ਵੀ ਰਾਜਾ ਵੀ ਤੂੰ ਹੀ ਹੈ। ਦਲਸਤਵਾ ਦਲੇਸ਼ੰ। ਜਿਹੜੇ ਦਲਾਂ ਦੇ ਈਸ਼ਰ ਹਨ, ਦਲਾਂ ਦੇ ਮਾਲਕ ਹੈ, ਸੈਨਾਪਤੀ ਹੈ, ਕਮਾਂਡਰ ਹੈ, ਜਨਰੇਟਰ ਹੈ, ਦਸਦਾ ਉਹਨਾਂ ਨੂੰ ਤੂੰ ਹੀ ਦਲ ਦੇਣ ਵਾਲਾ ਹੈ, ਜਾਂ ਦਲ ਰੂਪ ਵੀ ਤੂੰ ਹੀ ਹੈ, ਦਲਾਂ ਦਾ ਈਸ਼ਰ, ਸੈਨਾਪਤੀ ਜਾਂ ਕਮਾਂਡਰ ਮਾਲਕ ਵੀ ਤੂੰ ਹੀ ਹੈ। ਆਹ ਸਭ ਕੁਛ ਪਰਮੇਸ਼ਰ ਤੋਂ ਹੀ ਬਣਿਆ ਹੋਇਆ। ਇਹ ਤਾਂ ਮਨੁੱਖ ਐਵੇਂ ਆਪਣੇ ਆਪ ਨੂੰ ਕਰੀ ਜਾਂਦੇ ਵੀ ਅਸੀਂ ਕਮਾਂਡਰ ਹਾਂ ਜੀ, ਅਸੀਂ ਕੈਪਟਨ ਹਾਂ ਜੀ, ਅਸੀਂ ਸੂਬੇਦਾਰ ਹਾਂ, ਅਸੀਂ ਨਾਇਕ ਸੂਬੇਦਾਰ ਹਾਂ, ਅਸੀਂ ਜਨਰਲ ਹੈ ਜੀ, ਅਸੀਂ ਕਰਨਲ ਹੈ, ਕਿਉਂਕਿ ਸਾਰਿਆਂ ਵਿੱਚ ਉਹ ਬੈਠਾ ਹੈ, ਉਹਦੀ ਸੱਤਾ ਕਰਕੇ ਜਨਰਲ ਕਰਨਲ ਪੁਣਾ, ਜੇ ਉਹ ਨਾ ਹੋਵੇ ਤੇ ਕੌਣ ਉਹਨੂੰ ਕਹੇ ਜਨਰਲ ਕਰਨਲ।
ਇਸ ਕਰਕੇ ਹੈ ਪਰਮੇਸ਼ਰ ਤੂੰ ਇਹ ਸਭ ਕੁਛ ਤੋਂ ਹੀ ਹੋ ਰਿਹਾ ਹੈ। ਅਗਿਆਨਤਾ ਵਸ ਜੀ ਆਪਣੇ ਆਪ ਨੂੰ ਹੱਡ ਚਮ ਨੂੰ ਕਹੀ ਜਾਂਦੇ ਆ ਵੀ ਮੈਂ ਜਨਰਲ ਕਰਨਲ ਹਾਂ, ਨਹੀਂ ਉਹ ਨਹੀਂ ਹੈ ਤੂੰ ਹੈ। ਇੱਥੇ ਸ਼ਨ ਪੂਰਾ ਹੋ ਗਿਆ ਹੈ। ਸਿੱਧੇ ਅਰਥ ਉਦੋਂ ਸਿੱਧੇ ਅਰਾਰੇ ਦੁਆਰਾ ਕਹਿੰਦੇ ਤੂੰ ਰੰਗਾਂ ਤੋਂ ਰਹਿ ਤਾ, ਲੱਲੇ ਦੁਆਰਾ ਕਹਿੰਦੇ ਤੂੰ ਸਾਰਿਆਂ ਤੋਂ ਅਲੱਗ ਹੈ, ਵਾਵੇ ਦੁਆਰਾ ਕਹਿੰਦੇ ਸਾਰੇ ਭਰ ਦੇਣ ਵਾਲੇ ਹੈ, ਜਈਏ ਦੁਆਰਾ ਕਹਿੰਦੇ ਤੂੰ ਇੱਕ ਹੈ, ਲਾਲੇ ਦੁਆਰਾ ਕਹਿੰਦੇ ਤੂੰ ਲੇਖੇ ਤੋਂ ਰਹਿਤਾ, ਰਾਰੇ ਦੁਆਰਾ ਕਹਿੰਦੇ ਤੂੰ ਰੇਖ ਤੋਂ ਰਹਿਤਾ, ਤੱਤੇ ਦੁਆਰਾ ਕਹਿੰਦੇ ਤਿੰਨਾਂ ਨੂੰ ਨਾਸ਼ ਕਰਨ ਵਾਲਾ, ਹਾਹੇ ਦੁਆਰਾ ਕਹਿੰਦੇ ਹਰ ਰੰਗਾ ਬਿਛਾਇਆ ਹੋਇਆ, ਮਾਮੇ ਦੁਆਰਾ ਕਹਿੰਦੇ ਤੂੰ ਮੇਰੇ ਸ਼ਿਵ ਰੂਪ ਹੈ, ਬੱਬੇ ਦੁਆਰਾ ਕਹਿੰਦੇ ਭੇਸਾਂ ਤੋਂ ਰਹਿਤਾ, ਬੱਬੇ ਦੁਆਰਾ ਕਹਿੰਦੇ ਤੂੰ ਬਰਾਨੋ ਬਰ ਦੇਣ ਵਾਲਾ ਵਰਣ ਕੀਤਾ ਜਾਣਾ ਹੈ, ਪੱਪੇ ਦੁਆਰਾ ਕਹਿੰਦੇ ਤੂੰ ਫਲ ਦੇਣ ਵਾਲਾ ਹੈ ਇੱਕ ਪਲ ਵਿੱਚ ਹੀ, ਨੰਨੇ ਦੁਆਰਾ ਕਹਿੰਦੇ ਤੂੰ ਰਾਜਾ ਹੈ, ਦੱਦੇ ਦੁਆਰਾ ਕਹਿੰਦੇ ਦਲਾਲਾ ਈਸ਼ਰ ਹੈ। ਇਹ ਸਿੱਧੇ ਯਾਰ ਸਪਸ਼ਟ ਅੱਖਰਾਂ ਦੁਆਰਾ ਕਹਿਣੇ, ਇਹ ਕੋਈ ਸੰਪਰਦਾਵੇ ਜਿਵੇਂ ਥੋੜੇ ਜਿਹੇ ਅੱਖਰਾਂ ਵਿੱਚੋਂ ਅਰਥ ਨਿਕਾਲ ਕੇ ਇੱਕ ਕਿਹਾ ਵਰਤ ਕੀਤੇ ਜਾਂਦੇ ਨੇ, ਉਹ ਆਪਾਂ ਇਹ ਪਹਿਲਾਂ ਕਰ ਲਏ ਨੇ। ਬਾਕੀ ਸੌਖੀ ਹੈ, ਅਗਲਾ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਕਰਾਂਗੇ ਜੀ। ਬਰਸਤੁਆ ਬਰਾਨੰ ਪਲਸਤੁਆ ਫਲਾਨੰ ਨਰਸਤੁਆ ਨਰੇਸ਼ੰ ਦਲਸਤੁਆ ਦਲੇਸ਼ੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾ ਹੇ ਨਿਰਗੁਣ ਸਵਟੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਤਾਂ ਰੱਖੋ ਹੀ ਐ ਪਰੋ, ਆਏ ਪ੍ਰਭ ਸਰਨੰਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚੜੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ, ਜੋ ਸਰਦਾ ਕਰ ਸੇ ਬੰਦੇ
ਪਾਰੇ ਉਤਾਰ।